सात संग जी मन बिरती एकाग्र कर लई, रसना पवित्र कर लई, सब काज के आखो तन श्री सतगुरु जगजीत सिंह जी। परम सत्कार योग सात संग इतुरा सब काज के आखो तन श्री सतगुरु प्रताप सिंह जी। तन आखन नाल गुरबाणी अनुसार ये फायदा है कि जिन्हें तुझनों धन कहया तेन जम नेड़ ना आया। बहुत सारिया गल्ला जे छड भी लिया जान पाकिस्तान तो निकलने वेले एक सतगुरु प्रताप सिंह सच्चे पातशाह तो बिना होर किसे नहीं सी आख्या। ये तो गल्ला बहुत उच्चिया ने के जिन्हां नूं सुपनिया च दर्शन दे के आख्या भी तू हुणे उठ के तुरिया ते राह विच गोलियां चलदियां बच्चे चलदे बंदे मारी दे दो तीन जेडे आए हुकम दे अनुसार कुछ नहीं आख्या गया। इस तरह पता नहीं किन्या किन्या नूं सोचना ही दर्शन होए। मैनूं तो एक दा पता समदर मान सिंह उन्हां दा जिन्हां ने मैनूं दस्या। तुसीं इत्थे नौजवान लड़के लड़कियां कट्ठे होए हो आपो अपने थावां तुसां विचारां कीतियां ने। लड़कियां ने गुरबाणी दे इनाम प्राप्त कीते ने ते कुछ विचारा कीतिया ने खाने किस तरह बन सकते ने। मास तो बिना जेड़े बाकी दे खाने तैयार होंदे ने उन्हां विच की गुण ने। गुरबाणी अनुसार असां जीवन की कोशिश करनी है। लोकां ने ये आख के कि गुरबाणी दे उल्ट ने सानू गुरबाणी वालों हटाने का यतन करना है। सानू इस गल का नहीं ध्यान देना चाहिए। गुरु नानक ने गुरबाणी उच्चारण की गुरबाणी के चलन का राह दसिया। उन्होंने भी ये आखन वाले सन कोई आख है पूतना को कह बेताला। असि समझते हैं भी असि गुरु नानक के सेवकों में ही हाँ। जे सानू कमले जां जो भी कुछ वो आख लैण जेड़े ये आंदे ने कि गुरबाणी की बेइज्जती करदे ने उन्हां नूं सतगुरु मत बख्शे। साडा ये जी ना करे कि असीं ये आखीए कि उन्हां दा बुरा होवे। प्रिंसीपल रंजन सिंह जी मास्टर तारा सिंह जी दे भरा सन पर उन्हां दे विचारां दा आपस विच बड़ा फर्क सी। एक भरा दे ਇਹ ਗੱਲ ਕਹਿੰਦਾ ਸੀ ਕਿ ਪੰਥ ਕੀ ਜੀਤ। ਦੂਜਾ ਭਰਾ ਇਹ ਗੱਲ ਕਹਿੰਦਾ ਕਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਇਹ ਕੋਸ਼ਿਸ਼ ਕਰਨੀ ਕਿ ਸਰਬੱਤ ਦਾ ਭਲਾ ਜਿਹੜਾ ਨਾ ਉਹਦੇ ਵਾਲੇ ਪਾਸੇ ਤੁਰਨਾ। ਤੁਸੀਂ ਬੀਬੀਆਂ ਨੂੰ ਚਾਹੀਦਾ ਉਹ ਦੱਸਿਆ ਕਰਨ ਦੂਜਿਆਂ ਨੂੰ ਵੀ। ਬਾਣੀ ਵਿੱਚ ਲਿਖ ਦਿੱਤਾ ਕਿ ਤਜਿਆ ਅੰਨ ਨਾ ਮਿਲਾ ਗੋਪਾਲ। ਉੱਥੇ ਇਹ ਨਹੀਂ ਲਿਖਿਆ ਤਜਿਆ ਮਾਸ ਨਾ ਮਿਲਾ ਗੋਪਾਲ। ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪੁਲੀਸ ਜੋ ਰੱਤ ਪੀਵੈ ਮਾਨਸਾ ਤਿੰਨ ਘਿਓ ਨਿਰਮਲ ਜੀਤ। ਜਦੋਂ ਉਹ ਕੋਈ ਪੌਸ਼ਟਿਕ ਭੋਜਨ ਵਗੈਰਾ ਤਿਆਰ ਕਰਨ ਉਹਨਾਂ ਦੇ ਨਾਲ ਇਹ ਗੁਰਬਾਣੀ ਦੇ ਸੁੱਖਾਂ ਜਿਹੜੀਆਂ ਨੇ ਇਹਨਾਂ ਨੂੰ ਵੀ ਯਾਦ ਰੱਖਣ ਤੇ ਜੇ ਕੋਈ ਆਪਣੇ ਪੜ੍ਹੀਆਂ ਲਿਖੀਆਂ ਬੀਬੀਆਂ ਖਾਣੇ ਤਿਆਰ ਕਰਕੇ ਉਹ ਕਿਤਾਬਾਂ ਛਾਪ ਸਕਣ ਤੇ ਉਹਨਾਂ ਨੂੰ ਵੀ ਗੁਰਬਾਣੀ ਦੇ ਅਨੁਸਾਰ ਲਿਖਣ। ਸਤਿਗੁਰੂ ਰਾਮ ਸਿੰਘ ਨੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਹੋਏ ਕਛਹਿਰੇ ਲਾਏ ਸਿੱਖਾਂ ਵਾਲੇ ਗੁਰੂ ਰਾਮ ਸਿੰਘ ਨੇ ਕਛਹਿਰੇ ਪਵਾਏ ਸਨ ਪਿੰਡਾਂ ਵਿੱਚ ਕੂਕਿਆਂ ਦੇ ਮਗਰ ਲੋਕਾਂ ਨੇ ਕੱਛਾਂ ਵਾਲਿਆਂ ਦੇ ਮਗਰ ਕੁੱਤੇ ਪਾ ਦੇਣੇ ਕੱਛਾਂ ਵਾਲੇ ਕਿੱਥੋਂ ਆ ਗਏ। ਪਰ ਇਹਨਾਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਸਿੱਖਾਂ ਨੇ ਆਪਣੇ ਜੀਵਨ ਬੜੇ ਉੱਚੇ ਬਣਾਏ ਸਨ ਕਿ ਜਿਨ੍ਹਾਂ ਦੇ ਸਾਹਮਣੇ ਕੋਈ ਉਂਝ ਗੱਲ ਨਹੀਂ ਸੀ ਕਰ ਸਕਦਾ। ਉਸ ਵੇਲੇ ਦੇ ਰਾਗੀ ਭਾਈ ਕਾਲੂ ਕੇ ਜਿਹੜੇ ਸਾਡੇ ਵੇਖਣ ਵਿੱਚ ਆਏ ਉਸ ਤੋਂ ਪਹਿਲਾਂ ਦਾ ਦਰਸ਼ਨ ਨਹੀਂ ਹੋਏ
ਪਰ ਉਹਨਾਂ ਦਾ ਵੀ ਇਹ ਨਿਯਮ ਸੀ ਵੀ ਜੇ 3 ਘੰਟੇ ਕੀਰਤਨ ਕਰਨਾ ਹੈ ਤੇ ਰਾਤ ਨੂੰ ਅੱਧੀ ਰਾਤੋਂ ਉੱਠ ਕੇ 3 ਘੰਟੇ ਪਹਿਲਾਂ ਨਾਮ ਸਿਮਰਨ ਕਰਕੇ ਤੇ ਫਿਰ ਕੀਰਤਨ ਕਰਨਾ ਹੈ। ਉਹਨਾਂ ਨੂੰ ਇਹ ਯਕੀਨ ਸੀ ਕਿ ਜਿਹੜਾ ਜਿੰਨਾ ਨਾਮ ਸਿਮਰਨ ਕਰਕੇ ਕੀਰਤਨ ਕਰਾਂਗੇ ਉਹਦਾ ਅੱਗੇ ਅਸਰ ਚੰਗਾ ਹੋਏਗਾ। ਇਸ ਵੇਲੇ ਅਸਾਂ ਗੁਰਬਾਣੀ ਨੂੰ ਆਪਣੀ ਤਜਾਰਤ ਬਣਾਉਣ ਦਾ ਯਤਨ ਕੀਤਾ ਹੈ। ਬੜੇ ਚਿਰ ਦੀ ਗੱਲ, ਇੱਕ ਵਾਰ ਮੈਂ ਆਪਣੇ ਨਾਮਧਾਰੀ ਸਿੰਘਾਂ ਨੂੰ ਆਖਿਆ ਵੀ ਤੁਸੀਂ ਗ੍ਰੰਥ ਸਾਹਿਬ ਪ੍ਰਕਾਸ਼ ਕਿਉਂ ਕਰਕੇ ਰੱਖਦੇ ਹੋ ਹਰ ਵੇਲੇ ਜਦੋਂ ਪਾਠ ਕਰਦੇ ਨੀ? ਉਹ ਆਖਣ ਲੱਗੇ ਜੀ ਗ੍ਰੰਥੀ ਦੀ ਤਨਖਾਹ ਨੀ ਪੂਰੀ ਹੁੰਦੀ। ਭਾਵ ਉਹ ਗੁਰਬਾਣੀ ਦਾ ਉੱਥੇ ਮਤਲਬ ਨਹੀਂ, ਉੱਥੇ ਮਤਲਬ ਇਹ ਹੈ ਕਿ ਗ੍ਰੰਥੀ ਦੀ ਤਨਖਾਹ ਕਿਵੇਂ ਪੂਰੀ ਹੋਵੇ। ਅਸਾਂ ਉਹਨੂੰ ਕਮਰਸ਼ਲਾਈਜ਼ ਨਹੀਂ ਕਰਨਾ, ਅਸਾਂ ਉਹਦੇ ਅਨੁਸਾਰ ਚੱਲਣ ਦਾ ਯਤਨ ਕਰਨਾ। ਸਾਡੇ ਨਾਲੋਂ ਤੇ ਜੇ ਮੈਂ ਇਹ ਕਹਿ ਦਿਆਂ ਕਿ ਉਹ ਨਾਸਤਿਕ ਲੋਕ ਜਿਨ੍ਹਾਂ ਨੂੰ ਅਸੀਂ ਆਹਨੇ ਸਮਝੇ ਉਹ ਵੀ ਚੰਗੇ ਨੇ, ਇਸ ਪੱਖੋਂ ਕਿ ਕਲਕੱਤੇ ਵਿੱਚ ਇੱਕ ਕਮਿਊਨਿਸਟ ਲੀਡਰ ਦਾ ਦੇਹਾਂਤ ਹੋਇਆ, ਬਹੁਤ ਸਾਲਾਂ ਦੀ ਗੱਲ, ਉਹਦੀ ਜੀਵਨੀ ਛਪੀ ਅਖਬਾਰ ਵਿੱਚ। ਉਹਦੇ ਚ ਲਿਖਿਆ ਸੀ ਕਿ ਉਹ ਆਪਣੀ ਕਮਿਊਨਿਜ਼ਮ ਦੀ ਕਿਤਾਬ ਨੂੰ ਰੋਜ਼ ਪੜ੍ਹਦਾ ਸੀ, ਪੜ੍ਹ ਕੇ ਵੇਖਦਾ ਸੀ ਕਿ ਮੇਰਾ ਤੇ ਇਹਦੇ ਵਿੱਚ ਲਿਖੀਆਂ ਗੱਲਾਂ ਦਾ ਕਿੰਨਾ ਕੁ ਫਰਕ ਹੈ, ਮੈਂ ਉਹਨਾਂ ਨੂੰ ਹੋਰ ਪੂਰੀਆਂ ਕਰਾਂ। ਉਸਨੇ ਕਿਤਾਬ ਦੇ ਉੱਤੇ ਰੁਮਾਲ ਪਾ ਕੇ ਭਾਈ ਦੀ ਤਨਖਾਹ ਪੂਰੀ ਕਰਨ ਵਾਸਤੇ ਨਹੀਂ ਸੀ ਰੱਖਿਆ, ਮੈਨੂੰ ਉਸ ਕਿਤਾਬ ਦਾ ਨਾਮ ਹੀ ਨਹੀਂ ਪਤਾ, ਲੇਕਿਨ ਉਹਦਾ ਜੀਵਨ ਦਾ ਇਹ ਪਤਾ ਹੈ ਕਿ ਉਸਨੇ ਇਸ ਢੰਗ ਨਾਲ ਆਪਣੇ ਜੀਵਨ ਨੂੰ ਢੰਗ ਨਾਲ ਯਤਨ ਕੀਤਾ ਸੀ, ਜੋ ਲਿਖਿਆ ਉਹ ਕਰਕੇ ਮੈਂ ਉਹਦੇ ਬਰਾਬਰ ਹੋਵਾਂ। ਸੋ ਸਾਨੂੰ ਵੀ ਜੋ ਸਤਿਗੁਰਾਂ ਨੇ ਲਿਖ ਕੇ ਦਿੱਤਾ ਹੁਕਮ, ਉਸਦੇ ਉੱਤੇ ਰੁਮਾਲੇ ਕਿੰਨੇ ਚਾੜੀ ਜਾਈਏ। ਇੱਕ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਰਜ਼ ਕਰਾਂਗਾ ਬਈ ਜਿਹੜੇ ਪਾਠੀ ਨੇ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ, ਪ੍ਰੋਗਰਾਮ ਬਣਾਉਣ ਵਾਲਿਆਂ ਨੂੰ ਜਿਸ ਵੇਲੇ ਉਹ ਕੋਈ ਭੋਗ ਪਾਉਣਾ ਹੋਵੇ ਉਹਨਾਂ ਨੂੰ ਦੱਸ ਦੇਣ ਕਿ ਰੁਮਾਲੇ ਦੀ ਜ਼ਰੂਰਤ ਨਹੀਂ ਨਾਲ। ਰੁਮਾਲਾ ਚੜਾਉਣਾ ਇੱਕ ਰਿਵਾਜ਼ ਬਣ ਗਿਆ ਕਿ ਤੁਸੀਂ ਇਹ ਦੱਸੋ ਬਈ ਇੱਕ ਗ੍ਰੰਥ ਸਾਹਿਬ ਦੀ ਭੀੜ ਦੇ ਰੋਜ਼ ਦਾ ਇੱਕ ਭੋਗ, 30 ਭੋਗ ਰੋਜ਼ ਦੇ ਪੈਣ, 30 ਰੁਮਾਲੇ ਚੜੇ ਚੜਨ, ਉਹਨਾਂ ਨੂੰ ਜਾਂ ਕੀੜੇ ਖਾਣਗੇ ਜਾਂ ਚੋਰ ਚੁੱਕ ਕੇ ਲੈ ਜਾਣਗੇ ਜਾਂ ਉਹਨਾਂ ਨੂੰ ਗਲਤ ਥਾਂ ਉਹਨਾਂ ਦੀ ਵਰਤੋਂ ਕੀਤੀ ਜਾਏਗੀ। ਰੁਮਾਲਾ ਉਦੋਂ ਚਾੜਿਆ ਜਾਵੇ ਜਦੋਂ ਉਹ ਪੁਰਾਣਾ ਹੋ ਜਾਵੇ ਜਾਂ ਉਹਦੀ ਲੋੜ ਹੋਵੇ, ਨਹੀਂ ਤੇ ਉਹੀ ਕੱਪੜਾ ਕਿਸੇ ਗਰੀਬ ਦੇ ਗਲ ਪੈ ਜਾਵੇ ਤੇ ਇਹਨੂੰ ਬਹੁਤੀ ਗੁਰੂ ਸਾਹਿਬ ਦੀ ਖੁਸ਼ੀ ਹੋ ਸਕਦੀ ਹੈ ਬਜਾਏ ਇਸ ਗੱਲ ਦੇ ਕਿ ਰੁਮਾਲਾ ਚਾੜਿਆ ਜਾਵੇ। ਸੋ ਇਹ ਗੱਲ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ। ਸਾਡਾ ਮੁੱਖ ਕਰਤੱਵ ਗੁਰਬਾਣੀ ਅਨੁਸਾਰ ਜੀਣਾ ਤੇ ਉਹਦੇ ਅਨੁਸਾਰ ਮਰ ਕੇ ਤੇ ਉੱਥੇ ਜਾਣਾ ਜਿਹਦੇ ਵਾਸਤੇ ਲਿਖਿਆ, ਰਾਰਾ ਰੰਗ ਹੋਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇਰੇ ਦਰਗਾਹ ਕਹਿ ਨਕੋ, ਆਓ ਬੈਠ ਆਦਰ ਸੁਭ ਦੇਉ, ਪਾ ਮਹਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਸੋ ਇਹਨਾਂ ਤੁਸਾਂ ਅਨੁਸਾਰ ਜਿਉਣਾ, ਅਸਾਂ ਫੈਸ਼ਨਾਂ ਤੋਂ ਬਚਣਾ, ਅਸਾਂ ਖੁਸ਼ਬੂਦਾਰ ਤੇਲ ਲਾਉਣ ਤੋਂ ਬਚਣਾ। ਇਹ ਬਿਲਕੁਲ ਛੋਟੀਆਂ ਗੱਲਾਂ ਨੇ। ਇੱਕ ਸਵਾਮੀ ਤਖਤ ਸਿੰਘ ਜੀ ਹੋਏ ਨੇ ਸਾਡੇ ਵਿੱਚ ਗੁਜਰਪੁਰਾ ਪਿੰਡ ਗੜ੍ਹ ਸ਼ੰਕਰ ਦੇ ਕੋਲ, ਉੱਥੋਂ ਦੇ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਨੇ ਬੜੀ ਤਾਕਤ ਦਿੱਤੀ ਸੀ ਤੇ ਇਸ ਤਰ੍ਹਾਂ ਸਿੱਧੇ ਦਾੜੇ ਸਮੇਤ ਉਹ ਢਾਕੇ ਵਾਲੇ ਪਾਸੇ ਦੀ ਰੰਗੂਨ ਨੂੰ ਜਾਣ ਦੀ ਕੋਸ਼ਿਸ਼ ਕਰਦੇ ਸਨ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਨੂੰ। ਤੇ ਇੱਕ ਉਹਨਾਂ ਦਾ ਰੰਗ ਬੜਾ ਗੋਰਾ ਸੀ, ਬੜੇ ਖੂਬਸੂਰਤ ਸਨ, ਦੂਸਰਾ ਦਾੜਾ ਮੂੰਹ ਤੇ, ਉਹ ਲੋਕ ਕਿਸ ਤਰ੍ਹਾਂ ਸਕਦੇ ਸਨ ਉੱਥੇ ਫੜੇ ਗਏ। ਉਹਨਾਂ ਨੇ ਬੜੇ ਬਿਹਾਰੀ ਸਿੰਘ ਇੱਕ ਸਿੱਖ ਦਾ ਨਾਂ ਸੀ, ਦੂਜੇ ਦਾ ਮੈਨੂੰ ਨਾਂ ਨੀ ਯਾਦ, ਉਹ ਸਿੱਖ ਨੀ ਸਜਾਏ ਨੇ ਬੰਗਾਲ ਵਿੱਚ ਉਹਨਾਂ ਨੇ ਜਾ ਕੇ। ਜਦੋਂ ਫੜੇ ਗਏ ਤੇ ਹੱਥਕੜੀਆਂ ਬੇੜੀਆਂ ਲਾ ਦਿੱਤੀਆਂ ਤੇ ਜਿਹੜਾ ਉਸਨੂੰ ਦਾ ਪੁਲਿਸ ਸੁਪਰਡੈਂਟ ਸੀ ਉਹਨੇ ਆਖਿਆ ਕਿ ਮੈਂ ਸੁਣਿਆ ਤੂੰ ਉੱਡ ਜਾਣਾ, ਉਹਨੇ ਆਖਿਆ ਵੀ ਮੈਨੂੰ ਤਾਂ ਕੋਈ ਪਤਾ ਨੀ। ਜਿਸ ਵੇਲੇ ਹੱਥਕੜੀਆਂ ਬੇੜੀਆਂ ਲਾਈਆਂ ਤੇ ਉਹਨਾਂ ਨੂੰ ਉਹ ਰੰਗ ਆਇਆ ਤੇ ਉਹਨਾਂ ਨੇ ਇਸ ਤਰ੍ਹਾਂ ਹੱਥਕੜੀਆਂ ਲਾ ਤੀਆਂ ਤੇ ਇਸ ਤਰ੍ਹਾਂ ਬੇੜੀਆਂ ਲਾ ਕੇ ਆਖਣ ਲੱਗਾ ਮੈਂ ਚੱਲਿਆ। ਇਹ ਬੜੀ ਤਾਕਤ ਹੈ ਜਿਹਨੂੰ ਸਤਿਗੁਰੂ ਦੇਵੇ, ਪਰ ਇਸ ਤੋਂ ਉੱਚੀ ਇੱਕ ਹੋਰ ਤਾਕਤ ਹੈ ਜਿਹਦੇ ਵੱਲ ਮੈਂ ਤੁਹਾਨੂੰ ਲਿਜਾਣਾ ਚਾਹੁੰਦਾ, ਉਹ ਇਹ ਹੈ ਕਿ ਰਿੱਧ ਸਿੱਧ ਅਵਰਾ ਕਾਤ, ਉਹਨਾਂ ਦਾ ਜਿਹੜੇ ਦੂਜੇ ਲੋਕ ਨੇ ਜਾਂ ਅਵਰੇ ਹੋਏ ਜਿਹੜੇ ਗੁਰੂ ਵਾਲੇ ਨਹੀਂ। ਸਤਿਗੁਰੂ ਰਾਮ ਸਿੰਘ ਦਾ ਹੁਕਮ ਸੁਣ ਕੇ ਸਤਿਗੁਰਾਂ ਨੇ ਆਖਿਆ ਤਖ਼ਤ ਸਿੰਘ ਇਸ ਤਰ੍ਹਾਂ ਨਹੀਂ ਕਰਨਾ। ਫਿਰ ਆਪ ਕੈਦ ਹੋ ਕੇ 1.5 ਸਾਲ ਅਸਰ ਸ਼ੌਰ ਵਿੱਚ ਜਾ ਕੇ ਕੁੱਟੇ ਨੇ। ਇਹ ਹੱਥਕੜੀਆਂ ਬੇੜੀਆਂ ਲਾਉਣ ਨਾਲੋਂ ਵੀ ਸਾਧ ਸੰਗਤ ਜੀ ਉੱਤੋਂ ਦੀ ਗੱਲ ਜਿਹਨੇ ਸਤਿਗੁਰਾਂ ਦਾ ਵਚਨ ਮੰਨਿਆ। ਸੋ ਤੁਸੀਂ
तगड़े होके उद्यम करो, ये ठीक है। ये साड़ियां नीवियां गल्लां ने कि असीं लिखती रूप विच जां लैक्चरां राहीं प्रचार करिए, असल साड़ी जिहड़ी चीज है वह साडा जीवन उच्चा बन जाए, असीं वो हो सकीए साध का दर्शन पूर्ण इशनान, साध का संग नहीं कुछ काल, दर्शन भेंट होत निहाल। इस नूं इस गुरबाणी नूं असीं कोशिश करिए सारिआं दी, नहीं कुछ चलो थोड़े वाले कोई दो चार ही होण, कोट मते को विरला सेवक और सगले जिहड़े ने ओह लिखिआ व्यवहारी, व्यवहारी किस तरह दे ने, मेरा कारखाना नहीं चलता इसे अरदास हो जाए कारखाना चलन लग पे, जे ते कारखाना नहीं चलिया तां वी हाथ छड गया, ते जे कारखाना चल पिया तां वी ओह इन्ना ही काम सी फिर भी छड के चला गया, ये गल नहीं। कारखाना चले ना चले, अब हम चली ठाकुर पह हार, जब हम शरण प्रभु की आई, राख प्रभु पावे मार, लोगन की चतुराई उपमा से बसंतर जार, कोई भला कहो पावे बुरा कहो, हम तन दियो है डार, ये पासा प्यार होवे तां असीं कुछ गल समझ सकदे आ, किसे पासे तुर सकदे आ। तो जिन्हें दिन तुसीं बाकी रहिंदे ने एक कोशिश करो कि आसा मखौल ना होवे, चंचलता ही ना आवे, ते जिस वेले साडी रखना खलोती हुंदी है दूसरा आके कह देवे कि तेरी रखना खलोगी नाम दा जाप कर, इस पासे जे कोशिश कीती जावे सानू कोई सफलता प्राप्त हो सकदी है। मैं इहो अर्थ करके आप तो आगे लवांगा। एक गल मैं आखनी चाहुंदा भई जिन्हां ने नाम लए ने ना गुरबाणी दे, वो ये ठीक है जेडे सठां तो वध बीबियां ने हिस्सा लिया, पर वो अजे जेडे एक नंबर नाम वाले भी ने ना, वो साडी सोच अनुसार पूरी तरह वधिया नहीं सुना सके। जिवें बीए एमए दे रटे हुए मजमून जेडे ने सरल कीते हुंदे ने, इउं बाणी नूं इहदों वध सरल करन दी कोशिश करो तां असीं किसे नतीजे च पहुंच सकांगे। मैं सदके सदके सदजी सु सद सुनाए सदा सुखदाई, शीतल शांत सबूर दियो सरसे सारे अमृत जे जन नाई, दे सिखिया सतनाम सहायक आहे सदीव सुनो मम भाई, साजन सूर ससी संभान सो सहे सचो सब जाम सहाई, काल के रखैया महाजाल के जलैया अर्जन के बजैया ते मुहैया सब लोग के, दूतन दलैया काट काट के रमैया शुभ माग जो दिखैया ते सहैया पर लोग के, काल के रखैया महाजाल के जलैया दूतन दलैया काट काट के रमैया। सतगुरु जी साजी निवाजी साध संगत मन विच एकाग्र करन लई रसना पवित्र करन लई सब गज के आखो धन श्री सतगुरु प्रताप सिंह। आपने सतगुरु राम सिंह सच्चे पातशाह दी पवित्र कथा कल परसों तो सरवण कीती, किस तरह संत ध्यान सिंह जी लिखदे हन भाई हरमीत सिंह जी दी सुनाई हुई कथा, किस तरह सतगुरु सहायता करते ने उन्हां चीजां दी जिन्हां तों माता पिता दोस्त मित्र सज्जन भरा भाई कोई सहायता नहीं कर सकते, उत्थे सतगुरु सहायता करते हैं। पुराने ढाडी जिहड़े रबाब नाल कीर्तन करया करते सन, सतगुरां दी रजाई ऐसी ओह सारी रीति खत्म ही हो गई हिसाब नाल। मैं बड़ा यतन किया कोई ढाडी लभ जाए तो अगर उन्होंने सिखाया जाए, पर पता लगा भी ढाडी सारे मुक ही गए ने, जो रजा अज सतगुरु राम सिंह सच्चे पातशाह दे उपदेश सरवण किया कि जैसा समा हो उस तरह ही वरत लेना, हुण जे नहीं ढाडी मिलते कथा कीर्तन तो नहीं छड्ड देना, जो कुछ है ओह ही कुछ सही। वो ढाडी जेडे रबाब नाल कीर्तन कराया करते सन, वो दोहरा एक पढ़िया करते सन, जिथे खंडे लस लस संघां दी होवे गुभीर
उथे सतगुर चाहिए जिथे औखी बनती भीड़। उन्हें कुदरत को यह गल मंजूर है भाई सतगुरु अपने आने वाला थां बना ही लवे तो वो आंदा है। वो थां बनता कदों है फिर सारे रिश्तेदार छड़ देन फिर अंदर खाली से साफ हो जाता है। तुसीं ये पंजाबी दी मशहूर कहावत सुनते हो फिर टठिया मना में रब वसदा। एक मैं तुहाडे को अर्ज करदा छोटी जी कहिंदे ने एक साबर जी होए ने मुसलमाना विच जिहड़े जिन्हां दा जी कीता भी मैं खुदावंद करीम दे अकाल पुरख दे दर्शन करा। उन्होंने हजरत मूसा अलैहिस्सलाम नूं इह गल आखी भी मैनू रब दे दर्शन करा दे। ये पता नहीं उन्होंने किन्ना चिर हजरत मूसा अलैहिस्सलाम दीआं मिन्नतां कीतीआं किस तरह उन्होंने मनाया अपने विचोले नूं ते उन्होंने जाके खुदावंद करीम दे कोल भगवान अकाल पुरख दे कोल बेनती कीती। उन्होंने आख्या भई उन्हूं आख इस गल दा खेड़ा छड़ दे की लैणा तूं इस गल चों मेरे नाल ला के किसे ने खटिया नहीं कुछ। और उन्हें आख्या मैं कुछ खट्टा या ना खट्टा मैं दर्शन जरूर करना है मैं इस विच अपनी खट्टी समझना भावें सारा ही कुछ मैनूं दाज उत्ते लाउणा पै जावे। पर सतगुरु सच्चे पातशाह दे उपदेश विच तुसीं सुनिया सी आशकां दी गल आशक आशक सब कोई आखे सिर टेढ़ी पगड़ी धर के सिरों परे इश्क दा डेरा सब मुड़े आए डर के मान मनी ते खुदी तकबर कोई ना रहे उस जर के महबूबा दे महल बिहारी कोई विरला पहुंचा मर के। वो साबर जी ने फिर उस स्नेह दे उत्तर विच भगवान नूं स्नेहा भेजिया भई मैं दर्शन जरूर करना मैं इसे गल नूं अपनी खट्टी ते कमाई ते सब कुछ समझना। तुसीं इह वेखदे हो दुनिया दी गल कोई आदमी एक डंगर खरीदने जांदा है उहदे मन नूं उह जच जांदा है भी आ डंगर जिहड़ा मैं लैणा है। लोकां दी निगाह च उह भावें 100 रुपये दा ना होवे पर उत्थे उह आदमी जिहदे इह मन नूं जच गई उह 500 भी उत्थे खर्च के 1000 भी खर्च के उह डंगर नूं लै आउंदा। तुहाडे सामने इह गल्लां ने कोई इह पुराणां विचों लिया के दसन वालियां नहीं। कंजरां दे जाण वाले किन्ने 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 रुपए खर्च करदे ने शराबां दे उत्ते इन्ना साडा धन नष्ट हो रहा जिहदा कोई हिसाब नहीं पर उह उस नूं समझदे ने भी इह साडे वास्ते बहुत चंगी चीज़ है। इसे तरह ही जिन्हां नूं इह सुआद पै गया उह फिर सारियां चीज़ां दा छड के सुआद आन रसा सब होछे रे रारा रस निरस कर जानिया। कबीर जी लिखते ने होए निरस तो रस पहचानिया ए रस छाड़े ओ रस आवा ओ रस पिया ए रस नहीं पावा। जिन्हां नूं उस गल का स्वाद आ गया उन्हां दी रात सियाल दियां ज्यों ज्यों रातां आउणियां जिहड़े नामधारी सतगुरु राम सिंह सच्चे पातशाह दे चरणां नाल सतगुरु हरि सिंह दे चरणां नाल सतगुरु प्रताप सिंह की बख्शी हुई सी जिन्हां ते जुड़े हुए सन उन्होंने फिर ऐं हुंदा सी भी जिवें सियाल दियां रातां आ गईआं ने जिस तरह हाड़ी पक पैंदी जिमीदार ने सारी सारी रात बैठ के भजन करना ते इहो जिहे साध। एक संतां दी कथा सुनी उन्होंने आख्या अपने सेवक नूं भी तूं असीं हुण जिहड़ा बैठे भजन करदे आं तूं जल पाणी लै आ जा के घर। चला गया फिर वह अठी पैरी वह वेला मुड़के होया तो वह आ गया वह आखन लगे बिरती खुली आखन लगे तू गया ही नहीं घर। सो ये उन्होंने पता है जिन्होंने जिहड़ी लगन लग जाती है जिन्होंने लगे प्रेम तमाचे घर दे कमों गई खाना पीना विसर गया तो खूह च पईआं वईआं वह इस गल दे सुआद नूं जाण सकदे ने। साबर जी नूं लगा प्रेम उन्होंने आख्या हजरत मूसा अलैहि सलाम नूं भई कुछ भी गल क्यों ना होवे मैं भगवान दा दर्शन जरूर करना है मैं मिलना है उन्हूं चंगी तरह। किस तरह मिलना है
ਜਿਹੜਾ ਬਾਣੀ ਵਿੱਚ ਲਿਖਿਆ ਜੋ ਸਹਿ ਕੰਠ ਨਾਲ ਲੱਗੀਆਂ ਜਲਨ ਸੇ ਬਾਹੜੀਆ, ਉਹ ਕੋਈ ਕੰਠ ਵਾਲਾ ਭਗਵਾਨ ਕੋਈ ਸਰੀਰਧਾਰੀ ਇੱਕ ਰੂਪ ਵਿੱਚ ਆਉਣ ਵਾਲਾ ਜਿਹੜਾ ਸੀ ਉਸ ਦੇ ਗਲ ਵਿੱਚ ਬਾਹਾਂ ਪਾਉਣ ਦੀ ਇੱਛਾ ਸਾਬਰ ਜੀ ਦੀ ਹੋਈ। ਉਹਨਾਂ ਨੇ ਹਜ਼ਰਤ ਮੂਸਾ ਅਲੈਹ ਸਲਾਮ ਨੂੰ ਆਖਿਆ ਭਾਈ ਮੇਰਾ ਸੁਨੇਹਾ ਜ਼ਰੂਰ ਦੇ, ਮੈਨੂੰ ਨਹੀਂ ਚਿੰਤਾ ਇਸ ਗੱਲ ਦੀ ਵੀ ਭਾਵੇਂ ਕੁਛ ਵੀ ਹੋ ਜਾਵੇ। ਸੁਨੇਹਾ ਪਹੁੰਚ ਗਿਆ, ਬਣਿਆ ਪ੍ਰੋਗਰਾਮ, ਫਿਰ ਭਗਵਾਨ ਦੇ ਆਉਣ ਲਈ ਲੱਗੀਆਂ ਸਫਾਈਆਂ ਹੋਣ, ਕੂੜਾ ਕਰਕਟ ਜਿੰਨਾ ਸੀ ਸਭ ਹੁੰਝਿਆ ਜਾਣ ਲੱਗਾ, ਸਭ ਕੰਡੇ ਸਾੜੇ ਜਾਣ ਲੱਗੇ, ਪੁੱਤਰ ਮਰ ਗਿਆ, ਡੰਗਰ ਮਰ ਗਏ, ਔਰਤ ਮਰ ਗਈ, ਨੂੰਹ ਮਰ ਗਈ, ਰਿਸ਼ਤੇਦਾਰ ਜਿਹੜੇ ਸੀ ਰੁੱਸ ਗਏ। ਫਿਰ ਹੌਲੀ ਹੌਲੀ ਇਹ ਸਾਰੀ ਗੱਲ ਹੋਣ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਕੁੱਲੀ ਬਾਹਰ ਪਾ ਲਈ ਆਪਣੀ, ਭਜਨ ਕਰਨਾ ਸ਼ੁਰੂ ਕੀਤਾ, ਯਾਦ ਕਰਨਾ ਸ਼ੁਰੂ ਕੀਤਾ। ਜਿਉਂ ਜਿਉਂ ਯਾਦ ਹੁੰਦੀ ਹੈ ਤਿਉਂ ਤਿਉਂ ਸਫਾਈਆਂ ਹੋ ਰਹੀਆਂ ਨੇ ਲੋਕਾਂ ਦੀ ਦੁਨੀਆਂ ਵਿੱਚ, ਦੁਨੀਆਂ ਦੀ ਨਿਗਾਹ ਵਿੱਚ ਉਹ ਆਦਮੀ ਮੂਰਖ ਬਣਦਾ ਜਾਂਦਾ, ਪਰ ਭਗਵਾਨ ਦੀ ਦਰਗਾਹ ਵਿੱਚ ਉਸ ਆਦਮੀ ਲਈ ਜਗ੍ਹਾ ਬਣਦੀ ਜਾਂਦੀ ਹੈ। ਦੁਨੀਆਂ ਕਿਆ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਉਹਨਾਂ ਨੂੰ ਪਤਾ ਸੀ ਵੀ ਅੱਗੇ ਇੱਕ ਐਸਾ ਥਾਂ ਜਿੱਥੇ ਜਾਣਾ ਹੈ, ਉੱਥੇ ਬਗੈਰ ਭਗਵਾਨ ਤੋਂ ਕੋਈ ਵੀ ਜਾਣ ਵਾਲੀ ਚੀਜ਼ ਨਹੀਂ। ਉਹ ਲੱਗੇ ਬੰਦਗੀ ਕਰਨ, ਫਿਰ ਇੱਥੋਂ ਤੱਕ ਨੌਬਤ ਹੋਈ ਕਿ ਸਰੀਰ ਬਿਮਾਰ ਹੋਣਾ ਸ਼ੁਰੂ ਹੋ ਗਿਆ। ਇੱਥੇ ਮੈਂ ਜੇ ਭੁੱਲਦਾ ਨਹੀਂ ਤੇ ਸੰਤ ਜਵਾਹਰ ਸਿੰਘ ਉਹਨਾਂ ਦਾ ਬਚਨ, ਉਹ ਉਹਨਾਂ ਦਾ ਨਿਯਮ ਸੀ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਭਾਵੇਂ ਕੁਛ ਵੀ ਹੋ ਜਾਵੇ। ਇਸ਼ਨਾਨ ਕਰਦਿਆਂ ਨੂੰ ਉਹਨਾਂ ਨੂੰ ਸਰੀਰ ਜਿਹੜਾ ਸੀ ਫੋੜੇ ਫਿਣਸੀਆਂ ਨਿਕਲਿਆ, ਫੋੜੇ ਫਿਣਸੀਆਂ ਨਾਲ ਸਰੀਰ ਭਰ ਗਿਆ, ਆਪਣਾ ਨਿਯਮ ਨਹੀਂ ਛੱਡਿਆ। ਇਸ਼ਨਾਨ ਕਰਦਿਆਂ 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 ਜਿਸ ਵੇਲੇ ਸਾਰੇ ਫੋੜੇ ਪੱਕ ਗਏ, ਇੱਕ ਦਿਨ ਐਸਾ ਕੰਮ ਬਣਿਆ ਪੈਰ ਤਿਲਕਿਆ, ਉਹ ਫੋੜਾ ਇੱਕ ਵੱਗ ਗਿਆ, ਸਾਰੇ ਫੋੜੇ ਜਿਹੜੇ ਸੀ ਖਤਮ ਹੋ ਗਏ। ਉਹਦੇ ਖਾਸ ਮਤਲਬ ਲਈ ਕੀਤੇ ਗਏ ਸਨ, ਇੱਕ ਇਮਤਿਹਾਨ ਵਿੱਚ ਪਾਇਆ ਗਿਆ ਸੀ। ਸਤਿਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਰਾਮ ਸਿੰਘ ਨੇ ਆਪ ਆਪਣੇ ਸੇਵਕ ਨੂੰ ਉਸ ਇਮਤਿਹਾਨ ਚੋਂ ਪਾਸ ਕਰਕੇ ਕੱਢ ਲਿਆ। ਸਾਬਰ ਜੀ ਬਿਮਾਰ ਹੋਣੇ ਸ਼ੁਰੂ ਹੋ ਗਏ, ਤਾਪ ਚੜ ਗਿਆ, ਖੰਘ ਹੋ ਗਈ, ਹੌਲੀ ਹੌਲੀ ਉਹਨਾਂ ਦਾ ਸਰੀਰ ਜਿਹੜਾ ਸੀ ਉਹਦੇ ਤੇ ਫੋੜੇ ਫਿਣਸੀਆਂ ਆਉਣੇ ਸ਼ੁਰੂ ਹੋ ਗਏ। ਇੱਥੋਂ ਤੱਕ ਹੋ ਗਿਆ ਵੀ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਹੜ ਦੀ ਬਿਮਾਰੀ ਹੁੰਦੀ ਹੈ, ਗਲ ਗਿਆ ਸਰੀਰ ਸਾਰਾ, ਕੋਈ ਨੇੜੇ ਨਹੀਂ ਆਉਂਦਾ, ਸਫਾਈਆਂ ਹੋਣ ਲੱਗ ਪਈਆਂ, ਦਵਾ ਦਵ ਥੋੜਾ ਥੋੜਾ ਕੂੜਾ ਕਰਕਟ ਜਿਹੜਾ ਰਹਿ ਗਿਆ ਫਿਰ ਉਹ ਵੀ ਸਭ ਲੱਗਾ ਸਾਫ ਹੋਣ, ਸਾਰਾ ਸਰੀਰ ਗਲ ਗਿਆ। ਭਗਵਾਨ ਦੇ ਸਫਾਈ ਕਰਨ ਵਾਲੇ ਆ ਗਏ, ਉੱਥੇ ਕੀੜੇ ਚੱਲ ਗਏ ਸਾਰੇ ਸਰੀਰ ਦੇ ਵਿੱਚ, ਕੋਈ ਨੇੜੇ ਨਹੀਂ ਆਉਂਦਾ, ਕੋਈ ਬੁਲਾਉਂਦਾ ਨਹੀਂ, ਮੈਨੂੰ ਛੂਤ ਦੀ ਬਿਮਾਰੀ ਹੋ ਜਾਏਗੀ। ਲੋਕਾਂ ਦੀ ਨਿਗਾਹ ਜਿਹੜੀ ਹੈ ਉਹ ਇਸੇ ਤਰ੍ਹਾਂ ਦੀ ਹੈ, ਟਿੱਚਰ ਪਹਿਨਣ ਖਾਵਣੇ, ਟਿੱਚਰ ਰੱਖਣ ਗੰਢ, ਕੌਣ ਮਨਮੁੱਖਾਂ ਕੇਰੀ ਦੋਸਤੀ। ਜਿਹੜੇ ਮਨਮੁੱਖ ਨੇ ਇਹ ਉਹਨਾਂ ਦੀ ਗੱਲ ਲਿਖੀ ਹੈ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸਨਮੰਦ, ਜੋੜਨ ਵਾਲੀ ਵਿੱਚ ਮਾਇਆ, ਦੇਖਦਿਆਂ ਹੀ ਛੱਡ ਜਾਣ ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਣੇ ਟਿੱਚਰ ਰੱਖਣ ਗੰਢ, ਜਿਸ ਦਿਨ ਕਛੂ ਨਾ ਹੋਵੇ ਤਿਸ ਦਿਨ ਬੋਲ ਨਿਗੰਧ, ਉਸੇ ਦਿਨ ਖੁਸ਼ਕ ਹੋ ਜਾਏਗੀ ਬੋਲੀ ਜੇ ਕੋਲ ਕੁਛ ਨਹੀਂ। ਸੁਖਮੈ ਆਨ ਬਹੁਤ ਮਿਲ ਬੈਠ ਰਜ ਚਾਹੂੰ ਦਿਸ ਘੇਰੇ, ਸੁਖਮੈ ਬਹੁਤ ਸੰਗੀ ਪਏ ਦੁਖਮੈ ਸੰਗ ਨਾ ਕੋਏ। ਉਹ ਗੱਲ ਬਣ ਗਈ, ਪਰ ਉਹ ਦੁੱਖ ਕਿਸ ਤਰ੍ਹਾਂ ਦਾ ਹੋਇਆ ਜਿਹੜਾ ਗੁਰੂ ਨਾਨਕ ਨੇ ਲਿਖਿਆ ਦੁੱਖ ਦਾਰੂ, ਉਹ ਦਾਰੂ ਬਣ ਗਿਆ ਦੁੱਖ, ਭਗਵਾਨ ਦੇ ਮਿਲਣ ਦਾ ਇੱਕ ਸਾਧਨ ਬਣ ਗਿਆ ਦੁੱਖ। ਜਿਸ ਵੇਲੇ ਕੀੜੇ ਪੈ ਗਏ ਨੇ ਤੇ ਬੇਹੋਸ਼ ਪਏ ਨੇ, ਰਾਤ ਨੂੰ ਸੁੱਤੇ ਪਏ ਨੇ ਬੇਹੋਸ਼ੀ ਵਿੱਚ, ਤੇ ਭਗਵਾਨ ਦਾ ਦੀਦਾਰ ਹੁੰਦਾ, ਭਗਵਾਨ ਦਾ ਦੀਦਾਰ ਹੋਇਆ ਤੇ ਹੁਣ ਉਹਨਾਂ ਦੀ ਖਬਰ ਨੂੰ ਬਗੈਰ ਹਜ਼ਰਤ ਮੂਸਾ ਅਲੈਹ ਸਲਾਮ ਤੋਂ ਕੋਈ ਵੀ ਨਹੀਂ ਜਾਂਦਾ। ਉਹਨਾਂ ਨੂੰ ਭਗਵਾਨ ਦਾ ਦੀਦਾਰ ਹੋਇਆ ਤੇ ਜੱਫੀ ਪਾਈ ਸੁਪਨੇ ਵਿੱਚ ਪਏ ਨੇ ਭਗਵਾਨ ਦੇ ਨਾਲ, ਖੁਦਾ ਦੇ ਨਾਲ। ਜਿਸ ਵੇਲੇ ਜੱਫੀ ਪਾਈ ਪਏ ਨੇ
हजरत मूसा अलैहि सलाम ने आख्या मैं खबर ले आवां उहदी, उह ते कोई जांदा नहीं उहदी खबर नूं, जा के उहनूं आवाज मारी सुते पए नूं, सुते पए नूं आवाज मारी, अख खुली ते उस वेले लड़ पिया उहदे नाल हजरत मूसा अलैहि सलाम नाल, भई तूं बड़ा कम खराब कीता, इन्ना कुछ दा सारे ते ला के ते आ मसा हासिल होया सी मैनूं, ते तू अज आवाज मार दिती है। उन्हें पूछा की गल, उन्हें आख्या आ गल बनी सी, इतने थोड़े जे भी जेडे वड्डी उम्र के साधु ने वो जानते हैं संत करम सिंह होरां नूं किन्नी कृपा सी उन्हां ते सगुरां दी, जे किसे ने पुत्र मंगण वाले ने आना है उन्हूं आख देना जा संत करम सिंह कोल, क्यों जी संत करम सिंह जी की करना है फिर, जे वो इच्छा होनी है, क्योंकि कुछ लिखा है उन्हां वास्ते, जिन अंतर पीर पिरम की ज्यों बोलन ते वै सुहान, अखंड पाठ करा रहे भाई, लो जी फिर जिनी रस आखो चल फिर तेरा इस तरह अखंड पाठ कर दिने, लिया के खंड ते घ्यो रला के डंगरां नूं खवा देना, बंदियां नूं खवा देना, चल तेरा अखंड पाठ हो गया, करा भी देना, पुत्र दे देता है उन्हूं आख्या अखंड पाठ करा, नहीं कराया उन्हूं आख्या चंगा लै जाने वापस भाई, उस वेले पुत्र मर गया, फिर वह घर वाले चरनी पे आखन लगे चंगा पुत्र आ जाएगा अखंड पाठ कर दियो, जिस तरह बोझ जो कढ़ने लगे भी चिर लगता है, पर उन्होंने ये चीजा, और एक होर चीज है वो जेडे लोग ने ना वो इनू बड़ी एक मामूली जी चीज समझते ने, वो समझते ने भाई नाटक चेटक किए कुकाजा, प्रभ लोगन कहे आवत लाजा, या जपजी साहब पानक ने लिखिया रिद्ध सिद्ध अवरा साद, रिद्धियां सिद्धियां दूजिया लोगों के स्वाद ने, या अवरिया होया दे ने जेडे कोई गुरु पीर दे नहीं, पर वो एक हुक्म मनन नूं अपना फर्ज समझते ने, वो इस चीज नूं मैं जिस तरह समझना वो इउं ही समझते ने, भी जिस तरह गुरु नानक ने लैणे नूं आख्या सी भी तू धाना विचों घा कढ लिया, वो चूंदा आउंदा मोढ़ां दे उत्ते चिकड़, ते घरदिआं आख्या तुसीं कुछ वेख ते लिया करो, ये चिकड़ उन्होंने डिगदा हुक्म दे दिता, तेन नहीं पता एक केसर छिड़की है, जिस तरह वो इस चीज न हुक्म मनना फर्ज समझते ने, इस तरह ही वो रिद्धियां सिद्धियां वाली गल जे कोई करन दी आग्या मिलती है उसनू एक इस तरह का फर्ज समझ के, जैसा स्वर्ण तैसी उस माटी, जो हुक्म मिलिया उहदे वास्ते उही अमृत है सेवक वास्ते, गुर का ग्रह सेवक जो रह, गुर की आज्ञा मन में सह, आपस को कर कछ न जनावे, ये नहीं भी मैं दान दिता है ते मेरी इट लिख के ला दो, मैं 1,25,000 इत्थे गुरुद्वारे नूं दान दिता, क्यों गुरु नूं ते पता नहीं ना मैं इट लिखांगा ते पता लगना उन्हूं भी मेरी इट लगी है, इत्थे आपस को कर कछ न जनावे, हरे हरे नाम हृदय नित ध्यावे, वो सेवक दे काम सतगुरु रास करदा है, जिहड़ा उसकी आज्ञा में चलता है, करके नीच सदावना ता प्रभ लिखा है अंदर पाए, भाव भगत कर नीच सदाए, ऐसा रिवाज रोज सुनते हैं आप, तो नानक मुख अंतर पाए, वह संत करम सिंह होरी इस तरह सगुरां की आज्ञा का पालन करने वाले, किन्ना सबर है उन्होंने अंदर, किन्नी ताकत है, ताकत होंदिया फिर सबर, कित्थों चले गए कित्थों गया, सुबह शेर सूरी बड़े साहब सन जिन्हें जिन्हें सवेरे उन्होंने दर्शन किए जानते हैं उन्होंने कित्थों दे सन, वो सारे नूं लीड़ा लीड़ा बस्तर दिता, पर संत करम सिंह नूं बस्तर देने भुल गए उन्होंने जैसे, ते ठंड दा महीना सी पाला पैंदा सी, सवेरे याद आया सूबे नूं, फिर भी साध संगत कीती सी, ते अपनी गलती मननी एक वड्डी गल समझ के उत्थे फौरन गए उन्होंने कोल जाके, ते उन्होंने गलत पला पा के हस जुड़ के आखन लगे महाराज मेथों बहुत पाप होया है रात, की गल रात तुहानू बसर लीड़ा नहीं दे सकिया, ओ सूबिया रात जिन्ना नाम फुरिया कदे फुरिया ही नहीं, तू ये गल छड़ दे, कोई साडे अंदर गल नहीं तेरे वास्ते, असी आउंदा कुछ ना होए, पहाड़ सारी दुनिया दे मेलदे आ इकट्ठे करके, पर उथे जिथे ताकत है उथे बर्दाश्त भी सगुरां ने एडी वड्डी दित्ती है जिहदा कोई हिसाब नहीं, वो संत करम सिंह होरी
ਇਹ ਗੱਲ ਆਖਿਆ ਕਰਦੇ ਸਨ ਭਾਈ ਜਦੋਂ ਮੈਂ ਸੁੱਤਾ ਹੋਵਾਂ ਮੈਨੂੰ ਜਗਾਇਆ ਕੋਈ ਨਾ ਕਰੋ। ਕਹਿੰਦੇ ਨੇ ਜਦੋਂ ਮੈਂ ਸੁੱਤਾ ਹੁੰਦਾ ਮੇਰੀ ਸਤਿਗੁਰੂ ਪ੍ਰਤਾਪ ਸਿੰਘ ਨਾਲ ਉਦੋਂ ਹੀ ਗੱਲ ਹੁੰਦੀ। ਤੁਸੀਂ ਕਦੇ ਜੇ ਦੁਆਰ ਚ ਵੇਖਿਆ ਹੋਵੇ ਉਹਨਾਂ ਨੇ ਦਰਸ਼ਨ ਕੀਤੇ ਹੋਏ ਹੁਣ ਆਇਆਂ ਦੇ ਤੇ ਜਿਸੇ ਸਤਿਗੁਰਾਂ ਨੇ ਜਿੱਧਰ ਨੂੰ ਚਿਹਰਾ ਕਰਕੇ ਬੈਠੇ ਹੋਣਾ ਦੁਆਰ ਚ ਉੱਥੇ ਕਰਕੇ ਟਕੂਆ ਬਾਂਹ ਚ ਪਾ ਕੇ ਤੇ ਇਸ ਤਰ੍ਹਾਂ ਸਾਰਾ ਜਿੰਨਾ ਵਕਤ ਕਥਾ ਚ ਹੋਵੇ ਸੱਚੇ ਪਾਤਸ਼ਾਹ ਜਾਂ ਕੋਈ ਭਜਨ ਕਰਦੇ ਨੇ ਖਲੋਤੇ ਰਹਿਣਾ ਨਿਗਾਹ ਤੱਕ ਇੱਕ ਤੱਕ ਸਾਹਮਣੇ ਵੇਖਦੇ ਰਹਿਣਾ ਦਰਸ਼ਨ ਕਰਦੇ ਰਹਿਣਾ। ਉਹਨਾਂ ਦੀ ਨਿਗਾਹ ਲੱਗ ਗਈ ਸੀ ਨਾ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਿਆ ਲਾਗ ਰਹੋ ਤੋਹੇ ਉਹ ਰਹਿ ਸਿਆਮ ਜੂ ਮੈਂ ਇਹ ਬੇਰ ਕਨੀ ਹਟਕੇ ਨਹੀਂ ਨਾਇਕ ਮੁਰਾਏ ਮੁਰੇ ਹਮਰਾ ਤੋਹੇ ਮੂਰਤ ਦੇਖ ਹਟਕੇ ਕਨ ਸਿਆਮ ਕੀ ਬੰਕ ਬਿਲੋਕਨ ਫਾਸ ਕੇ ਸੰਗ ਫਸੇ ਸੋ ਨਹੀਂ ਛੁਟਕੇ ਕਬ ਸਿਆਮ ਕਹੇ ਤੁਸੀਂ ਦੇਖਣ ਕਾਜ ਪਏ ਦੋ ਨੈਣ ਬਟਾ ਨਟਕੇ। ਉਹਨਾਂ ਦੀ ਨਿਗਾਹ ਉੱਥੇ ਲੱਗੀ ਸੀ ਉਹਨਾਂ ਵਿੱਚ ਉਹ ਗੁਣ ਆ ਗਏ ਸਨ ਜਿਸ ਤਰ੍ਹਾਂ ਚਕੋਰ ਜਿਹੜਾ ਉਹ ਸਾਰੀ ਰਾਤ ਚੰਦਰਮਾ ਵੱਲ ਇੱਕ ਟੱਕ ਵੇਖਦਾ। ਇਹ ਦੱਸਦੇ ਨੇ ਕਿ ਚਕੋਰ ਚੰਦਰਮਾ ਵੱਲ ਵੇਖਦਾ ਵੇਖਦਾ ਜਿਉਂ ਜਿਉਂ ਚੰਦਰਮਾ ਚੜ੍ਹਦਾ ਉਹ ਤਾਂ ਉਹ ਵੇਖੀ ਜਾਂਦਾ ਵੇਖੀ ਜਾਂਦਾ ਐਂ ਹੇਠਾਂ ਦੀ ਨੀ ਨਿਗਾਹ ਕਰਦਾ ਉੱਤੋਂ ਦੀ ਉਲਟ ਕੇ ਪਿਛਾਂ ਨੂੰ ਜਾ ਪੈਂਦਾ ਜਿਸ ਵੇਲੇ ਚੰਦਰਾ ਪਿਛਲੇ ਪਾਸੇ ਨੂੰ ਜਾਂਦਾ। ਇਹਦੇ ਵਾਸਤੇ ਦੱਸਿਆ ਗਿਆ ਵੀ ਜੇ ਉਹ ਅੰਗਿਆਰੀਆਂ ਉਹਨੂੰ ਪਾ ਦਿਓ ਉਹਦੇ ਅੰਦਰ ਚੰਦਰਮਾ ਦੀ ਠੰਡ ਪਹੁੰਚ ਜਾਂਦੀ ਉਹ ਅੰਗਿਆਰੀਆਂ ਖਾ ਜਾਂਦਾ ਉਹਨੂੰ ਅੰਗਿਆਰੀਆਂ ਹੀ ਨਹੀਂ ਲੱਗਦੀਆਂ। ਇਸ ਮਾਇਆ ਜਿਹਦੇ ਵਾਸਤੇ ਲਿਖਿਆ ਕਿ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਇੰਨੀ ਸਾੜ ਦੇਣ ਵਾਲੀ ਮਾਇਆ ਕਿ ਇਹ ਚੁੱਲ੍ਹੇ ਦੀ ਅੱਗ ਨਹੀਂ ਸਾੜ ਸਕਦੀ ਜਿੰਨੀ ਉਹ ਮਾਇਆ ਸਾੜਦੀ ਹੈ। ਪਰ ਉਹ ਉਸ ਮਾਇਆ ਨੂੰ ਵੀ ਉਸ ਚਕੋਰ ਦੀ ਅੱਗ ਖਾ ਜਾਣ ਵਾਂਗੂ ਉਹਨਾਂ ਨੂੰ ਚਿੰਤਾ ਨਹੀਂ ਉਹਨਾਂ ਨੂੰ ਮਾਇਆ ਕੁਛ ਕਰ ਨਹੀਂ ਸਕਦੀ ਉਹ ਇਸ ਤੋਂ ਬਹੁਤ ਉੱਚੇ ਹੋ ਜਾਂਦੇ ਨੇ। ਇਸ ਤਰ੍ਹਾਂ ਹੀ ਸਾਬਰ ਜੀ ਵੀ ਜਿਹੜੇ ਸਨ ਉਹ ਸੁੱਤੇ ਪਏ ਸਨ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਖੁਦਾਵੰਦ ਕਰੀਮ ਦੇ ਦਰਸ਼ਨ ਹੋਏ ਤੇ ਉਧਰੋਂ ਉਹਨਾਂ ਨੂੰ ਆਵਾਜ਼ ਵੱਜ ਗਈ ਤੇ ਉਹਨਾਂ ਨੇ ਵੀ ਆਖਿਆ ਵੀ ਬੜਾ ਮਾੜਾ ਕੰਮ ਕੀਤਾ ਹੈ ਮੈਂ ਤਾਂ ਸਾਰਾ ਹੀ ਕੁਛ ਦਾਅ ਤੇ ਲਾ ਕੇ ਤੇ ਇਹ ਕੰਮ ਕੀਤਾ ਸੀ ਤੇ ਤੂੰ ਮੇਰੀ ਉੱਥੋਂ ਲੱਗੀ ਹੋਈ ਗੱਲ ਛੁਡਾ ਦਿੱਤੀ ਹੈ। ਉਹ ਫਰੀਦ ਨੇ ਲਿਖਿਆ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁਰੇ ਮੁਰ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਆਹੇ। ਇਹ ਉਹਨਾਂ ਨੂੰ ਪਤਾ ਸੀ ਇਹਨਾਂ ਗੱਲਾਂ ਦਾ ਅਸੀਂ ਨਹੀਂ ਉਹ ਗੱਲਾਂ ਜਾਣ ਸਕਦੇ। ਲੁੱਟਣ ਦਲਈਆ ਘੱਟ ਘੱਟ ਕੇ ਰਮਈਆ ਸੁਭ ਮਗ ਜੋ ਦਿਖਈਆ ਤੇ ਸਹੀਆ ਪਰ ਲੋਕ ਕੇ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੇ ਉਹਨਾਂ ਦੂਤਾਂ ਤੋਂ ਰੱਖਿਆ ਕਰਦੇ ਨੇ ਜਿੱਥੇ ਕੋਈ ਆਦਮੀ ਸਹਾਇਤਾ ਨਹੀਂ ਕਰ ਸਕਦਾ ਫਿਰ ਉਹ ਠੀਕ ਰਸਤਾ ਵਿਖਾਉਣ ਵਾਲੇ ਨੇ। ਕੌਣ ਵਿਖਾ ਸਕਦਾ ਠੀਕ ਰਸਤਾ ਜਿਸਦਾ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਲਾਏ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਧਾ ਰਸਤਾ ਵਿਖਾਉਣ ਵਾਲੇ ਤੇ ਜਿਸ ਰਸਤੇ ਵਿੱਚ ਫਿਰ ਅਟਕਾ ਨਾ ਹੋਵੇ ਕੋਈ ਰੋਕੇ ਨਾ ਉਸ ਰਸਤੇ ਵਿੱਚ ਕੋਈ ਅੱਗੇ ਵਾੜ ਨਾ ਗੱਡੀ ਹੋਵੇ ਕਿਤੇ ਵੀ ਜਿਸ ਰਸਤੇ ਵਿੱਚ ਕੰਡੇ ਨਾ ਹੋਣ ਉਹ ਸਾਫ ਰਸਤਾ ਇੱਥੋਂ ਤੁਰਨਾ ਹੈ ਤੇ ਇਹ ਸਾਰੀ ਜ਼ਿੰਦਗੀ ਦਾ ਸਫ਼ਰ ਆਰਾਮ ਨਾਲ ਤੈਅ ਕਰਕੇ ਤੇ ਅਗਲਾ ਜਿਹੜਾ ਥਾਂ ਉੱਥੇ ਆਸਾਨੀ ਨਾਲ ਪਹੁੰਚ ਸਕਣਾ ਉਹ ਰਸਤਾ ਵਿਖਾਉਣ ਵਾਲੇ ਜਿਸ ਕਰਕੇ ਰੇ ਰੇ ਦਰਗਾਹ ਕਹਿ ਨਾ ਕਹੂ ਆਓ ਬੈਠ ਆਦਰ ਸੁਭ ਦੇਊ ਉਹ ਰਸਤਾ ਵਿਖਾਉਣ ਵਾਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਕਾਲ ਕੇ ਰਖਈਆ ਮਹਾਂ ਜਾਲ ਕੇ ਜਲਈਆ ਸਹੀਆ ਪਰਲੋਕ ਕੇ ਸਹੀਆ ਪਰਲੋਕ ਕੇ ਪਰਲੋਕ ਦੇ ਵਿੱਚ ਰੱਖਿਆ ਕਰਦੇ ਨੇ ਸਹਾਇਤਾ ਕਰਦੇ ਨੇ ਜਿਹੜੇ ਸਤਿਗੁਰੂ ਰਾਮ ਸਿੰਘ। ਕਾਲ ਕੇ ਰਖਈਆ ਮਹਾਂ ਜਾਲ ਕੇ ਜਲਈਆ ਕਾਲ ਤੋਂ ਸਮੇਂ ਦੇ ਭੈ ਤੋਂ ਰੱਖਿਆ ਕਰਦੇ ਨੇ। ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਕੱਚੇ ਧਾਗੇ ਵਿੱਚ ਬੰਨਿਆ ਹੋਇਆ ਆਦਮੀ ਮੈਨੂੰ ਯਾਦ ਹੈ ਇੱਕ ਵਾਰ ਇੱਕ ਘੋੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਆਂਦੀ ਸੀ ਸਪਲਟਨ ਕੁਈਨ ਉਹਦਾ ਨਾਂ ਸੀ ਬਹੁਤ ਸੋਹਣੀ ਦੌੜਦੀ ਸੀ ਇਸ ਤਰ੍ਹਾਂ ਦੀ ਘੋੜੀ ਸੀ ਵੀ ਉਹਨੂੰ ਚਾਬਕ ਮਾਰਨ ਤੋਂ ਬਿਨਾਂ ਹੀ ਚੱਲਦੀ ਸੀ ਉਹ ਜੇ ਕੋਈ ਉਹਨੂੰ ਚਾਬਕ ਮਾਰਦੇ ਤੇ ਫਿਰ ਉਹ ਗੁੱਸੇ ਹੋ ਜਾਂਦੀ ਸੀ ਪਿੱਛੇ ਰਹਿ ਜਾਂਦੀ ਸੀ ਬੜੀ ਆਗਿਆਕਾਰ ਘੋੜੀ ਸੀ। ਉਹਦਾ ਇਹ ਕੰਮ ਸੀ ਵੀ ਘੋੜਿਆਂ ਦੇ ਵਿੱਚ ਚੱਕਰ ਕਰਦਿਆਂ ਜਿਸ ਵੇਲੇ ਘੋੜਿਆਂ ਨੂੰ ਫੇਰਦੇ ਤੋਰਦੇ ਨੇ ਸ਼ਾਮ ਦੇ ਵੇਲੇ
ਉਹਨੂੰ ਖੁੱਲੀ ਛੱਡ ਦੇਣਾ, ਉਹਨੂੰ ਕਿਸੇ ਨੇ ਨਹੀਂ ਫੜਨਾ, ਘੋੜਿਆਂ ਨੇ ਟੱਪਣਾ ਪਰ ਉਹਨੇ ਚੁੱਪ ਕਰਕੇ ਖਲੋਤੀ ਰਹਿਣਾ। ਜਦੋਂ ਘੋੜਿਆਂ ਨੇ ਟੱਪ ਕੇ ਹਟ ਜਾਣਾ, ਤੁਰ ਪੈਣਾ, ਫਿਰ ਉਹਨੇ ਮਗਰ ਆਪਣੇ ਕੰਮ ਤੁਰ ਪੈਣਾ। ਘੋੜਿਆਂ ਨੂੰ ਆਪੋ ਆਪਣੇ ਸਬਲਾਂ ਨੂੰ ਬੰਦਿਆਂ ਨੇ ਲੈ ਜਾਣਾ, ਉਹਨੇ ਖੁੱਲੀ ਨਹੀਂ ਆਪਣੇ ਸਬਲ ਜਾ ਕੇ ਵੜ ਜਾਣਾ। ਉਹਦਾ ਇਹ ਕੰਮ ਵੇਖਿਆ ਸੀ ਵੀ ਉਹਨੂੰ ਅੱਗੇ ਇੱਕ ਥੋੜਾ ਜਿਹਾ ਕੱਚਾ ਧਾਗਾ ਵੀ ਬੰਨ ਦੇਣਾ, ਉਹਨੇ ਉਹਦੇ ਵਿੱਚ ਵੀ ਬਾਹਰ ਨਹੀਂ ਨਿਕਲਣਾ। ਪਰ ਇਹ ਮਾਇਆ ਦਾ ਜਾਲ ਜਿਹੜਾ ਸਾਡੇ ਵਾਸਤੇ ਇੱਕ ਭੁਲੇਖਾ ਹੈ। ਭਰਮ ਫਰੀਦ ਜੀ ਨੇ ਲਿਖਿਆ ਹੈ ਵੀ ਇਹ ਇੱਕ ਧੋਖਾ ਸਾਡੇ ਵਾਸਤੇ ਬਣਿਆ ਹੈ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਉਹ ਜਿਹੜਾ ਭੁਲੇਖਾ ਸੀ, ਇੱਕ ਭੁਲੇਖੇ ਦਾ ਜਾਲ ਜਿਹੜਾ ਮਾਇਆ ਦਾ, ਅਸਲ ਵਿੱਚ ਉਹ ਗੱਲ ਹੈ ਨਹੀਂ ਤੇ ਜਾਪਣੀ ਇਹ ਵੀ ਹੈਗੀ ਹੋਏ, ਉਹ ਕਿਹੜੀ ਚੀਜ਼ ਹੈ, ਕਿੰਨਾ ਝੂਠ ਹੈ, ਕਿੰਨਾ ਭੁਲੇਖਾ ਹੈ। ਤੁਹਾਡੇ ਸਾਹਮਣੇ ਥੋੜੀ ਜਿਹੀ ਮੈਂ ਗੱਲ ਕਰਦਾ। ਇਨਸਾਨ ਇਸ ਦੁਨੀਆਂ ਵਿੱਚ ਪੈਦਾ ਹੁੰਦਾ ਹੈ, ਬੱਚਾ ਪੈਦਾ ਹੁੰਦਾ ਹੈ, ਉਸਨੂੰ ਵਧਾਈਆਂ ਮਿਲਦੀਆਂ ਨੇ। ਜਿਉਂ ਜਿਉਂ ਉਹਦੀ ਸਾਲ ਦਾ ਹੋ ਗਿਆ, ਦੋ ਸਾਲ ਦਾ ਹੋ ਗਿਆ, ਚਾਰ ਸਾਲ ਦਾ, ਦਸ ਸਾਲ ਦਾ ਹੋ ਗਿਆ, ਵੀਹ ਸਾਲ ਦਾ ਹੋ ਗਿਆ, ਆਂਦੇ ਨੇ ਇਹ ਬੱਚਾ ਵੱਡਾ ਹੁੰਦਾ ਜਾਂਦਾ। ਦਰਅਸਲ ਬੱਚਾ ਛੋਟਾ ਹੁੰਦਾ ਔਰ ਜਾ ਰਿਹਾ, ਬੱਚਾ ਵੱਡਾ ਨਹੀਂ ਹੋ ਰਿਹਾ। ਉਹ ਇੱਕ ਮਾਇਆ ਦਾ ਐਸਾ ਭੁਲੇਖਾ ਹੈ ਸਾਡੇ ਉੱਤੇ। ਤੁਸੀਂ ਆਪ ਵਿਚਾਰ ਕੇ ਵੇਖੋ ਭਾਈ, ਜੇ ਫਰਜ਼ ਕਰੋ ਵੀ ਸੌ ਸਾਲ ਉਮਰ ਹੈ ਤੇ ਵੀਹ ਸਾਲ ਦੀ ਉਮਰ ਦਾ ਬੱਚਾ ਹੋ ਗਿਆ ਤੇ ਉਹ ਅੱਸੀ ਸਾਲ ਰਹਿ ਗਏ ਨਾ ਬਾਕੀ, ਤੇ ਉਹ ਛੋਟਾ ਹੋ ਗਿਆ ਕਿ ਵੱਡਾ ਹੋਇਆ? ਉਹ ਵੱਡਾ ਨਹੀਂ ਹੋਇਆ, ਉਹ ਛੋਟਾ ਹੋ ਗਿਆ। ਕਬੀਰ ਜੀ ਨੇ ਲਿਖਿਆ ਇਹ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣਾ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਕ ਲਾੜ ਧਰ ਪੇਖਤ ਹੀ ਜਮ ਰਾਓ ਹਸੈ, ਐਸਾ ਤੈ ਜਗ ਭਰਮ ਲਾਇਆ ਕੈਸੇ ਬੁਝੈ ਜਬ ਮੋਇਆ ਹੈ ਮਾਇਆ। ਇਹ ਭੁਲੇਖਾ ਮਾਇਆ ਦਾ ਜਿਹੜਾ ਸੀ, ਇਹ ਭੁਲੇਖੇ ਕਿ ਦੁਨੀਆਂ ਵਿੱਚ ਇਸ ਦੁਨੀਆਂ ਵਿੱਚ ਆ ਕੇ ਮੈਂ ਕਾਹਦੇ ਵਾਸਤੇ ਆਇਆ, ਇੱਥੇ ਬੱਚੇ ਪੈਦਾ ਕਰਨੇ ਨੇ, ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ, ਆਪਣੀ ਰੋਟੀ ਕਮਾਉਣੀ ਹੈ ਤੇ ਆਪਣੇ ਥੋੜੇ ਜਿਹੇ ਪਰਿਵਾਰ ਨੂੰ ਰੋਟੀ ਦੇਣੀ ਹੈ। ਜਿੰਨਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਮੈਂ ਆਪਣੀ ਦੁਕਾਨ ਪਾ ਕੇ ਦੂਸਰਿਆਂ ਨੂੰ ਆਖਣਾ ਭਈ ਇਹ ਮੇਰੇ ਕੋਲ ਵੱਧ ਪੈਸੇ ਲੈ ਕੇ ਸਾਬਣ ਦਿੰਦਾ, ਲੇਕਿਨ ਮੈਂ ਜੇ ਕੱਪੜਾ ਵੇਚਣਾ ਤੇ ਮੈਂ ਉਹਦੇ ਵੱਧ ਤੋਂ ਵੱਧ ਪੈਸੇ ਲੈ ਲੈਣੇ ਨੇ। ਇਹ ਮੇਰਾ ਫਰਜ਼ ਬਣ ਗਿਆ, ਮੇਰਾ ਇੱਕ ਧਰਮ ਬਣ ਗਿਆ ਕਿ ਮੈਂ ਇਹਦੇ ਵਿੱਚੋਂ ਲਾਹ ਲੈਣਾ। ਪਰ ਇਹ ਇਸ ਭੁਲੇਖੇ ਨੂੰ ਸਗੁਰਾਂ ਨੇ ਤੋੜਿਆ ਭਈ ਇਹ ਕੰਮ ਨਹੀਂ ਸਾਡਾ, ਇਹ ਨਹੀਂ ਵਪਾਰ ਸਾਡਾ। ਵਪਾਰ ਸਾਡਾ ਉਹ ਹੈ ਜਿਹੜਾ ਕਿਦਾਰਾ ਰਾਗ ਵਿੱਚ ਭਗਤਾਂ ਦੀ ਬਾਣੀ ਵਿੱਚ ਲਿਖਿਆ ਹੈ, ਕਿਨਹੂੰ ਬਨਜਾ ਕਾਂਸੀ ਤਾਂਬਾ, ਕਿਨਹੂੰ ਲੋਗ ਸੁਪਾਰੀ, ਸੰਤਾ ਹੋ ਬਨਜਾ ਨਾਮ ਗੋਬਿੰਦ ਕਾ। ਉਹ ਵਪਾਰ ਗੋਬਿੰਦ ਨਾ ਆਏ ਤੇ ਉਹਦੇ ਨਾਲ ਕਿਹੜੇ ਕਿਹੜੇ ਆਦਮੀ ਨੇ ਜਿਹੜੇ ਮਦਦ ਕਰ ਸਕਦੇ ਨੇ, ਜਿਹਨਾਂ ਨੂੰ ਮਨਾਇਆ ਇਹ ਗੱਲ ਬਣ ਸਕਦੀ ਹੈ। ਵਪਾਰ ਗੋਬਿੰਦ ਨਾ ਆਏ ਸਾਧ ਸੰਤ ਮਨ ਆਏ, ਸਾਧੂ ਸੰਤਾਂ ਨੂੰ ਮਨਾਉਣਾ ਤੇ ਵਪਾਰ ਕਰਨਾ ਗੋਬਿੰਦ ਦੇ ਨਾਮ ਦਾ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੇ, ਹਰ ਨਾਮ ਮਨੰਜਾ ਹੈ ਰੰਗ ਸਿਉ, ਲਾਹ ਹਰ ਨਾਮ ਲੈ ਜਾਵੇ। ਇੱਕ ਕਰੋੜ ਰੁਪਏ ਵਾਲਾ ਆਦਮੀ ਉਸਨੂੰ ਬੜਾ ਧੰਨਵਾਨ ਸਮਝਿਆ ਜਾਂਦਾ ਹੈ ਦੁਨੀਆਂ ਦੀ ਨਿਗਾਹ ਵਿੱਚ, ਪਰ ਜਿਸਨੇ ਇਹ ਦੁਨੀਆਂ ਬਣਾਈ ਹੈ ਉਸ ਦੀ ਨਿਗਾਹ ਵਿੱਚ ਉਹ ਕੁਛ ਨਹੀਂ। ਉਸ ਦੀ ਨਿਗਾਹ ਵਿੱਚ ਕੌਣ ਧੰਨਵਾਨ ਹੈ, ਮੈਨੂੰ ਉਹ ਤੋਂ ਭੁੱਲਦੀ ਹੈ ਇਸ ਵੇਲੇ। ਨਾਮ ਧਨ ਜਿਸ ਜਨ ਕਾ ਪਾਲਾ ਸੋਈ ਪੂਰਾ ਸਾਹਾ, ਜਿਸ ਨਾਮ ਰਿਦਾ ਸੋਈ ਵੱਡ ਰਾਜਾ, ਜਿਸ ਨਾਮ ਰਿਦਾ ਤਿਸ ਪੂਰੇ ਕਾਜਾ, ਜਿਸ ਨਾਮ ਰਿਦਾ ਤਿਸ ਕੋਟ ਧਨ ਪਾਏ, ਤੇ ਜੇ ਕੰਮ ਨਹੀਂ ਕੀਤਾ ਨਾ ਬਿਨਾਂ ਜਨਮ ਬਿਰਥਾ ਜਾਏ। ਅਸੀਂ ਕੋਈ ਬੱਚਾ ਸਕੂਲੇ ਨਹੀਂ ਪੜ੍ਹਨ ਜਾਂਦਾ, ਉਹਨੂੰ ਆਉਂਦੇ ਹਾਂ ਤੂੰ ਆਪਣਾ ਬਿਰਥਾ ਜਨਮ ਗਵਾਉਣ ਡਿਆ, ਕੋਈ ਦੁਕਾਨ ਤੇ ਨਹੀਂ ਬਹਿੰਦਾ ਆ ਕੇ ਹਲ ਨਹੀਂ ਪਾਉਂਦਾ, ਉਹਨੂੰ ਆਉਂਦੇ ਹਾਂ ਵੀ ਤੇਰਾ ਬਿਰਥਾ ਜਨਮ ਜਾਂਦਾ, ਪਰ ਉਹ ਨਹੀਂ ਇਸ ਗੱਲ ਨੂੰ ਆਉਂਦੇ। ਉਹ ਆਉਂਦੇ ਨੇ ਵੀ ਜਨਮ ਬਿਰਥਾ ਉਹਦਾ ਜਾਂਦਾ ਜਿਹਨੇ ਆਪਣੀ ਅਸਲ ਗੱਲ ਨੂੰ ਸਮਝਿਆ ਹੀ ਨਹੀਂ ਇੱਥੇ ਆ ਕੇ। ਮਨ ਬਿਰਥੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਅਸੀਂ ਬੜੇ ਸਾਲਾਂ ਤੋਂ ਜੋ ਕੁਛ ਕਰਦੇ ਹਾਂ ਉਹ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਕਰਦੇ ਹਾਂ।
गुरु नानक सच्चे पातशाह ने जपजी साहब का उच्चार करदे आख्या कीरत नावा जे तिस पावा कि उन चंगा लगे विण पाने के नाई करी उदे चंगा लगन तो बिना नहाउण दा धोण दा इनान दा नितनेम दा कोई फायदा नहीं। तो गुरु राम सिंह सच्चे पातशाह जे वक्त सिख शब्द पढ़ते सी सच्चे पातशाह उत्ते चले गए सिख शब्द पढ़ते सन सतगुर तारन गए अतीत सतगुरां उन्होंने बंद करके आख्या ना भाई तारेगी प्रतीत निश्चा तारेगा। सतगुरु राम सिंह के दर्शन में अखंड पाठ सधारण पाठ माला भजन दिया भगौतियां दिया पता नहीं किनिया किनिया साह सुन कृपा कर दी होंगे ये जो कवि दरबार करते हैं ये भी सतगुरां याद करते हैं कहते ने कबीर जी ने लिखा वेद बड़ा के जहां ते आया ब्रह्मा बड़ा के जास हो पाया। तेरा मतलब यह भी जे ब्रह्मा बड़ा के जास हो पाया जिन्हें उपाया वह बड़ा है शहीद जिन्होंने बनाए ने उस सतगुरु ने असं याद करते हैं इन्होंने शहीदों के नाम सत्संग बड़ी कृपा करती है सतगुरु बख्शिश करते ने आज के नौजवानों के लड़के लड़कियों के सिर पर हाथ रखते ने वो तड़के उठ के सतगुरु राम सिंह के दर्शन भजन बाणी करते ने थाईलैंड शाम दे विच जिहड़े सेठां दे लड़के ने वड्डे 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 तो मतलब माया वड्याई वाले पासे दे वो उन्हां वास्ते सुनिया भी वो एक जिहड़ा एक लड़का है ना वो सवेरे उठ के टैलीफोन करता है भई चलो सतगुरु राम सिंह के दर्शन वास्ते चलीए समुंदर ते लै जांदा है रात नूं 11 बजे उत्थे ले जा के सारे भजन करदे ने सतगुरां दे दर्शन विच सवेरे 5 बजे आ के 2 घंटे सौ के फिर चले जाते हैं अपनी दुकान पर उत्थे एक काम होता जिथे माया जिहड़ी है वो बहुत प्रभावशाली है वो माया जी वास्ते कबीर जी ने लिखा है इन माया जगदीश गुसाई तुमरे चरण बिसारे किंचित प्रीत ना उपजा जनको जन कहा कराए बेचारे। पर जिन्होंने सतगुरु का आसरा वो इस समय च भी बहुत सतसंग कृपा करती है इत्थे भी भैनी साहब सतसंग 500 तक के करीब सवेरे 2 बजे 2:30 बजे गिनती हो जाती है लुधियाने भी मैं पता नहीं 200 तो वध ही गिनती होंदी होनी है इत्थे भी सतसंग कृपा करती है सवेरे घरों घर ही रोज़ करते हैं ऐतवार को आके इत्थे करते हैं फुवाड़े करते हैं दिल्ली भी सतसंग कृपा करती है पर नौजवान जड़े ने इन्हां बारे सतगुरु प्रताप सिंह सच्चे पातशाह ने अपने उपदेश बार बार आख्या कि अगला जिहड़ा कम काज का सिलसिला वह सारा नौजवानों के हाथ से आता दुनियादारी का भी तो सतसंग का भी सतगुरु का दर्शन एक ऐसी चीज़ है जिहदे जिहदे बारे गुरबाणी सतगुरां ने लिखा असी जिहड़ी उपमा करते हैं सतगुरां की सतगुरु आप उत्थे बैठ के उपमा वाले थान उपमा करने वाले थान ये कृपा करते हैं उचारते हैं हाउ ढाडी डर गुण गावदा जे प्रभ को पावै प्रभ मेरा थिर थावरी होर आवै जावै सो मंगा दान गुसाइया जित भुख लै जावै पैसों नाल रोटियां नाल बहुत चंगे चंगे पदार्थों दोस्तों मित्रों नाल भुख नहीं लेंदी सो मंगा दान गुसाइया जित भुख लै जावै प्रभ जियो देवो दर्शन अपना जित ढाडी तृप्तावै अरदास सुनी दातार प्रभ ढाडी को महल बुलावै प्रभ देखदिया दुख भुख गई ढाडी को मंगण चित ना आवै हाउ निर्गुण ढाडी बख्शियोन प्रभ पुरख वेद आवै। तो साडा जो कुछ है सारा सतगुरां ने दर्शन मित उन्हां दा दर्शन कीते सतगुरु दर्शन अगन निवारी सतगुर भेट तो हमें मारी वाली गल हो जाती है
मैं अर्ज करांगा सारे शरीर एक एक घंटा नाम सिमरन सतगुरु राम सिंह के दर्शन में सने परिवार सारे एक एक घर एक एक पाठ एक एक महीने का दसम या आदि का जरूर कराया करो सतगुरु राम सिंह सच्चे पातशाह के दर्शन में। जे असीं बाणी पढ़ांगे सतगुरु राम सिंह ने अपने हुक्मनामे लिखे बाणी नाम के गुणा का उचार करती है। तुसीं इश्तिहारां ते पढ़दे हो इत्थे प्लाट खरीद लिए उहदा इन्नी माया वध जांदी है इस देश में चले जाते उत्थे आ कुछ हो जाता इश्तिहार पढ़ के। पर साडा जिहड़ा वड्डा इश्तिहार है सतगुरु बाणी का उहदे विच सतगुरां ने बाणी बार बार लिखिया जहाँ मात पिता सुत मीत न भाई मन उहा नाम तेरा संग सहाई जहाँ त्रिखा मन तुझ आकरख है तह नानक हर है अमृत वरखा है। भगत जना वास्ते ये नहीं लिखा भी उन्होंने बड़े मकान चाहिए ने उन्होंने कारा चाहिए ने टेलीफोन चाहिए ने भगत जना की बर्तन नाम संत जना का मन विश्राम। मैं बड़ी खुशी है कविया ने सतगुरां दे सेवकां दी तारीफ की है प्रभ ते जन जानी जै जनते सौ ये तारीफ सारी सतगुरां दी है। ईर ते कृपा कर लैन उस तो करवा लैन नहीं तो इस वेले ईरखा की अग होमै की अग लाल मोह का पसारा ये सारी दुनिया से फैलिया होया जिस करके एक दूजे नू इत्थे अपने अपने विचार विद्वाना ने दसे ने शायद ये भी दसिया होवे कि जदों माता जी का शरीर पूरा हो गया माता जीवन कौर जी ने फिर सगुरां दे आनंद वास्ते अर्ज की सच्चे पातशाह एक ही शब्द आखिया भाई जे ओह जी कोई है होर तो लिया के दियो ये उन्हां दी अपनी रजा होंदी किसी नू चंगा किसी नू माड़ा ते इहनू जे इस तरह सोचिए ना भाई फलाना आदमी माड़ा है फलाना चंगा है एक ऐसा थां है जिथे बह के सानू ये सिख्या मिलती है कि माड़ा तो चंगा बनाउण वाला जिहड़ा है ना जो असीं माड़ा आने किसी नू तो फिर माड़ा उधर चला जांदा है उस थां ते बह के सोचना ही पैंदा कि मंदा किस नू आखी है जां तिस बिन कोई ना है। नमो अंधकारे नमो तेज तेजे सारे विच उसकी जोत उसकी रजा है पर उत्थे पहुँचना बड़ा औखा है उत्थे पहुँच के सची मुची जापन लग पैंदा कि ये बनकर सारी अकाल पुरख दी है। गुरु अर्जन सच्चे पातशाह ने फरमाया जे वो गल साडे अंदर आ जाए तो साडी दुश्मनी सारे नाल हट जाती है ना दोस्ती रहिंदी है। मन मूर्ख काहे बिल लाइया गुरब लिखे का लिखिया पाइया दुख सुख प्रभ देवन हार अवर त्याग तू तसह चितार कौन बस आई तेरा संग लपट रहे हो रस लोभी पतंग। पर ये गल्ला करन दा ते सुनन दा ही वेल नहीं कमाउन दा ते इसनू अगली गल जाके आउणी है। तुसीं चंगी तरह वेखदे हो कि जिमीदार अपने खेतां नू इस ढंग नाल बणाउंदे ने जिहदे नाल खेती दी उपज बहुत वधिया होवे ये एक गल है। फिर वो खेती जिस वेले वो पैदा करते ने उन्होंने फिक्र पै जाता इस गल का कि हुण कोई जानवर ना खा जाए तो पहरा देंदे ने। फिर वड्डा फसल हो जाता जिस वेले चिड़िया तो जानवरों तो भी साढ़े को नहीं बचता पर आदमी मनुख सोचता कि मैं इन्हों तो बचा लेना पर जिहड़ी अकाल पुरख की रचना है ज़्यादा सोका पै गया पानी ज़्यादा आ गया बनाया बनाया सारा फसल खत्म हो जाता है। वो वास्ते फिर सानू जिहड़ा भुलिया हुआ रब ना वो याद आता फिर उत्थे अरदास करन जी करता काम परे हर सिमरिया ऐसा सिमरह नित एक गुर लिख दिता है फार्मूला लिख दिता है अमरापुर वासा करो हर गया बहोरा बित ये सारी चीज़ ही आ जाती है जे नहीं मरदा आदमी उत्थे वास हो जाता है गई हुई चीज़ वापस आ जाती है। मैं तुहानू अर्ज करनी है यह प्रयोग शुरू होना है भावें यह सगुरां की कृपा है जो कोई चंगी गल दिल चाहती है वह सगुरां की कृपा नाल आती है
ਜਿਹੜੀਆਂ ਸਾਡੀਆਂ ਗੱਲਾਂ ਨੇ ਅੰਦਰ ਕਦੂਰਤਾ ਔਰ ਸਾਨੂੰ ਪਤਾ ਹੀ ਵੀ ਕਿਸ ਕਿਸ ਤਰ੍ਹਾਂ ਦੀ ਅਸੀਂ ਸੋਚਾਂ ਸੋਚਦੇ ਹਾਂ। ਇਹ ਭਾਵੇਂ ਸਾਰਾ ਸਾਲ ਹੀ ਚਾਲੂ ਰਹਿੰਦਾ ਪਰ ਇਸ ਤਰ੍ਹਾਂ ਦੇ ਨਿਯਮਿਤ ਰੂਪ ਵਿੱਚ ਹੁਣ ਕੱਲ੍ਹ ਤੋਂ ਪ੍ਰਯੋਗ ਸ਼ੁਰੂ ਹੋਣਾ ਹੈ, ਜਿਹਦੀ ਅਰਦਾਸ 2 ਵਜੇ ਹੋਇਆ ਕਰਨੀ ਹੈ ਰੋਜ਼। ਸਾਧ ਸੰਗਤ ਵੱਧ ਤੋਂ ਵੱਧ ਕਿਰਪਾ ਕਰੇ ਉਹਦੇ 'ਚ ਪਹੁੰਚੋ। ਇਸ ਤੋਂ ਪਹਿਲਾਂ ਵੀ ਕਈ ਸਰੀਰ 12 ਵਜੇ ਆ ਕੇ ਬਹਿ ਜਾਂਦੇ, ਅਸੀਂ ਰੋਕ ਤਾਂ ਨਹੀਂ ਸਕਦੇ ਉਹਨਾਂ ਨੂੰ ਭਾਈ ਤੁਸੀਂ 12 ਵਜੇ ਕਿਉਂ ਬਹਿੰਦੇ ਹੋ ਆ ਕੇ, ਪਰ ਉਹ 12 ਵਜੇ 1 ਵਜੇ 1:30 ਵਜੇ ਕਈ ਸਰੀਰ ਆ ਕੇ ਬਹਿੰਦੇ ਨੇ, ਪਰ 2 ਵਜੇ ਤਾਂ ਜ਼ਰੂਰ ਸਾਰੀ ਸਾਧ ਸੰਗਤ ਆ ਕੇ ਦਰਸ਼ਨ ਦਿਆ ਕਰੇ। ਅਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਆਖਿਆ ਨਾ ਕਿ ਖੇਤੀ ਕਰਕੇ ਫਿਰ ਉਹਦਾ ਫਿਕਰ ਪੈ ਜਾਂਦਾ ਵੀ ਖੇਤੀ ਨੂੰ ਸਾਂਭ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਇਹਦੇ ਦਾਣੇ ਸਾਡੇ ਘਰ ਆ ਜਾਣ, ਸਾਡੇ ਅਰਥ ਲੱਗ ਜਾਣ। ਇਸ ਤਰ੍ਹਾਂ ਹੀ ਭਜਨ ਕਰਕੇ ਬਾਣੀ ਪੜ੍ਹ ਕੇ ਇਹ ਦਿਲ ਵਿੱਚ ਗੱਲ ਬਿਲਕੁਲ ਨਾ ਆਵੇ ਕਿ ਮੈਂ ਭਜਨ ਕਰਦਾ ਜਾਂ ਮੈਂ ਬਾਣੀ ਪੜ੍ਹਦਾ, ਆਪੇ ਲਾਇਓ ਆਪਣਾ ਪਿਆਰ ਵਾਲੀ ਗੱਲ, ਹਰ ਵੀ ਕੁਛ ਨਹੀਂ ਕਰ ਸਕਦਾ। ਮਾਨੁਖ ਦਾ ਕਿਛ ਨਾ ਹੀ ਹੱਥ ਲਿਖਿਆ ਸਹੁਰਾਂ ਨੇ। ਸੋ ਇਸ ਤਰ੍ਹਾਂ ਹੀ ਇਹ ਵੀ ਕੋਸ਼ਿਸ਼ ਕਰੋ ਵੀ ਭਜਨ ਬਾਣੀ ਹੋਵੇ ਉਹਨੂੰ ਸਾਂਭਿਆ ਜਾਵੇ, ਇਸ ਤਰ੍ਹਾਂ ਕਿ ਮਨ ਵਿੱਚ ਇਹ ਨਾ ਗੱਲ ਆਵੇ ਜਿਹੜੀਆਂ ਅਸੀਂ ਤਕਰੀਬਨ ਰੋਜ਼ ਤੁਖਾਂ ਸੁਣਦੇ ਹਾਂ, ਤੀਰਥ ਵਰਤ ਅਰ ਦਾਨ ਕਰ ਮਨ ਮੈਂ ਤਰਹਿ ਗੁਮਾਨ। ਤੀਰਥ ਕਰਨੇ ਬੜੇ ਔਖੇ ਨੇ, ਵਰਤ ਰੱਖਣਾ ਤਾਂ ਤੁਹਾਨੂੰ ਪਤਾ ਹੀ ਹੈ ਬੜਾ ਔਖਾ ਹੈ। ਪੰਡਿਤ ਜੀ ਨੂੰ ਪਤਾ ਦਰਸ਼ਨ ਸੂਰੀ ਰਾਗੀ ਵੀ ਕਰਕੇ ਰੱਖਦੇ ਹੁੰਦੇ ਸਨ, 1 ਦਿਨ ਨਹੀਂ ਲੰਘਦਾ ਨਾ ਮਿਲੇ ਤਾਂ ਭਾਵੇਂ ਕਿੰਨਾ ਚਿਰ ਆਦਮੀ ਕਰੇ, ਪਰ ਜਿੰਨਾ ਚਿਰ ਜਿਸ ਤਰ੍ਹਾਂ ਜੀ ਕਰਦਾ ਆਹ ਵੀ ਚੀਜ਼ ਖਾ ਲਵਾਂ ਆਹ ਵੀ ਖਾ ਲਵਾਂ। ਵਰਤ ਰੱਖਣਾ ਬਹੁਤ ਔਖਾ ਹੈ, ਵਰਤ ਸਿਰਫ ਖਾਣ ਪੀਣ ਦਾ ਹੀ ਨਹੀਂ ਪਹਿਨਣ ਦਾ ਹੀ ਨਹੀਂ, ਵਰਤ ਸੁਣਨ ਅਤੇ ਸਮਝਣ ਦਾ ਵੀ ਹੈ। ਕੋਈ ਇਹੋ ਜਿਹੀ ਗੱਲ ਨਾ ਸੁਣੀ ਜਾਵੇ ਜਿਹਦੇ ਨਾਲ ਮਨ ਜਿਹੜਾ ਉਹ ਉਲਟੇ ਪਾਸੇ ਜਾਵੇ। ਤੀਰਥ ਵਰਤ ਔਰ ਦਾਨ ਕਰ, ਦਾਨ ਦਾ ਤਾਂ ਪਤਾ ਹੀ ਤੁਹਾਨੂੰ ਵੀ ਸੱਚ ਪਾਤਸ਼ਾਹ ਦੇ ਉਪਦੇਸ਼ 'ਚ ਹੁਕਮ ਹੋਇਆ ਹੈ ਕਿ ਕਿਸੇ ਦਾ ਜੀ ਨਹੀਂ ਕਰਦਾ ਮਰੀ ਮੱਖੀ ਵੀ ਘਰੋਂ ਕੱਢ ਕੇ ਕਿਸੇ ਨੂੰ ਦੇਣ। ਤੀਰਥ ਵਰਤ ਔਰ ਦਾਨ ਕਰ, ਇਹ ਕਰਨੇ ਬੜੇ ਔਖੇ ਨੇ, ਕਰਦੇ ਵੀ ਨੇ ਲੋਕ ਕਈ, ਪਰ ਇਹ ਕਰਕੇ ਜੇ ਅੱਗੇ ਆ ਗਿਆ ਨਾ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਗਤੇ ਜੋ ਕੁੰਚਰੇ ਸਨਾਨ। ਇਸ ਗੱਲ ਤੋਂ ਬਹੁਤ ਵਿਚਾਰ ਰੱਖਣਾ, ਜਿਵੇਂ ਖੇਤੀ ਦਾ ਕਰਦੇ ਹਾਂ ਇਸੇ ਤਰ੍ਹਾਂ ਹੀ ਆਪਣੀ ਇਸ ਖੇਤੀ ਦਾ ਵੀ ਬਹੁਤ ਧਿਆਨ ਰੱਖਣਾ, ਇਹਦੇ ਅੰਦਰ ਬਿਲਕੁਲ ਮਨ ਵਿੱਚ ਇਹ ਗੱਲ ਨਾ ਆਵੇ, ਕਿਸੇ ਵੀ ਢੰਗ ਨਾਲ ਕੋਈ ਬੁਰਿਆਈ ਮਨ ਵਿੱਚ ਨਹੀਂ ਆਉਣੀ ਚਾਹੀਦੀ। ਜਿੰਨੀ ਮਿਹਨਤ ਮਨ ਦੀ ਸਫਾਈ ਨਾਲ ਭਜਨ ਬਾਣੀ ਦੀ ਹੋਵੇਗੀ ਉਨਾ ਹੀ ਇਹਦਾ ਚੰਗਾ ਅਸਰ ਹੋਣਾ। ਨਾਨਕ ਨੇ ਫਲ ਜਾਗਤੇ ਜੋ ਕੁੰਚਰ ਇਸ਼ਨਾਨ, ਕੁੰਚਰ ਕਹਿੰਦੇ ਨੇ ਹਾਥੀ ਨੂੰ। ਹਾਥੀ ਦਾ ਇਸ਼ਨਾਨ ਕੀ ਹੈ? ਹਾਥੀ ਦਾ ਇਸ਼ਨਾਨ ਇਹ ਹੈ ਵੀ ਆਮ ਤੌਰ 'ਤੇ ਆਦਮੀ ਹੁੰਦਾ ਵੀ ਘੱਟਾ ਪਿਆ ਹੈ ਨਾ ਉੱਤੇ ਅਤੇ ਉੱਤੋਂ ਫਿਰ ਮਿੱਟੀ ਆਪਣਾ ਪਾਣੀ ਪਾ ਕੇ ਅਤੇ ਲਾਹ ਦਿੰਦਾ, ਇਹ ਇਸ਼ਨਾਨ ਹੁੰਦਾ ਆਦਮੀ ਦਾ। ਰੋਜ਼ ਘੱਟਾ ਪੈਂਦਾ ਰਹਿੰਦਾ, ਕੱਪੜੇ ਧੋਂਦਾ ਘੱਟੇ ਪਏ ਤੋਂ ਕੱਪੜਾ ਧੋ ਦਿੰਦਾ, ਗਰਦਾ ਪਏ ਤੋਂ ਆਪਣਾ ਪਿੰਡਾ ਸਾਫ਼ ਕਰਦਾ ਪਾਣੀ ਪਾ ਕੇ। ਪਰ ਹਾਥੀ ਦਾ ਇਹਦੂ ਉਲਟ ਕੰਮ ਹੈ, ਹਾਥੀ ਪਹਿਲਾਂ ਪਾਣੀ ਪਾਉਂਦਾ ਪਿੰਡੇ 'ਤੇ, ਪਿੰਡੇ 'ਤੇ ਪਾਣੀ ਪਾ ਕੇ ਫਿਰ ਮਿੱਟੀ ਪਾ ਦਿੰਦਾ ਪਿੰਡੇ 'ਤੇ। ਇਹ ਹਾਲਤ ਹੋ ਜਾਂਦੀ ਹੈ ਜੇ ਮਨ ਵਿੱਚ ਇਸ ਚੀਜ਼ ਦਾ ਅਹੰਕਾਰ ਆਉਂਦਾ ਅਤੇ ਉਹ ਸਾਰੀ ਚੀਜ਼ ਜਿਹੜੀ ਹੈ ਖਤਮ ਹੋ ਜਾਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਉਹਨਾਂ ਸਭ ਗੱਜ ਕੇ ਆਖੋ ਤਾਂ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਸੰਤ ਧਿਆਨ ਸੁਣਾ ਦੇ ਗ੍ਰੰਥ ਦੀ ਕਥਾ ਕੀਤੀ ਹੈ, ਵਿੱਦਿਆ ਬਿਨ ਅਹੰਕਾਰ ਮੈਂ ਬਲਿਹਾਰੀ ਤਾਹੇ ਜਾਣ। ਲਿਖੇ ਜੋ ਵਿੱਦਿਆ ਸਾਰ ਸੋਜਨ ਬ੍ਰਹਮ ਸਰੂਪ ਹੈ। ਵਿੱਦਿਆ ਲੋਕਾਂ ਨੇ ਬੜੀਆਂ ਪੜ੍ਹੀਆਂ ਨੇ ਪਰ ਜਿਹੜੀ ਬ੍ਰਹਮ ਵਿੱਦਿਆ ਜਿਹੜਾ ਉਹ ਪੜ੍ਹਦਾ ਉਹ ਸਭ ਤੋਂ ਉੱਚਾ ਅਤੇ ਚੰਗਾ ਹੈ। ਇਹ ਸਗੁਰਾਂ ਨੇ ਹੁਕਮ ਦਿੱਤਾ ਹੈ ਕਿ ਵਿੱਦਿਆ ਪੜ੍ਹ ਕੇ ਜਿਨ੍ਹਾਂ ਨੇ ਹੰਕਾਰ ਨਹੀਂ ਕੀਤਾ ਨਾ ਉਹਨਾਂ ਨੇ ਵਿੱਦਿਆ ਦੇ ਤੱਤ ਨੂੰ ਜਾਣਿਆ। ਵਿੱਦਿਆ ਇੱਕ ਚਾਨਣ ਹੈ ਅਤੇ ਜਿਸ ਵੇਲੇ ਹੰਕਾਰ ਆ ਜਾਂਦਾ ਤਾਂ ਉਹ ਦੀਵਾ ਚਾਨਣ ਵਾਲਾ ਬੁੱਝ ਜਾਂਦਾ ਅਤੇ ਹਨੇਰਾ ਹੋ ਜਾਂਦਾ। ਹਨੇਰੇ ਵਿੱਚ ਆਦਮੀ ਦੀ ਇਹ ਹਾਲਤ ਹੋ ਜਾਂਦੀ ਹੈ, ਆਪਣੀ ਚੀਜ਼ ਪਈ ਜਿਹੜੀ ਹੈ ਨਾ ਉਹਦੇ ਨਾਲ ਠੇਡਾ ਲੱਗ ਕੇ ਆਦਮੀ ਡਿੱਗ ਪੈਂਦਾ। ਆਪਣੇ ਮਕਾਨ ਦੇ ਬੂਹੇ ਦਾ ਹਨੇਰੇ 'ਚ ਨਹੀਂ ਪਤਾ ਲੱਗਦਾ, ਕੰਧਾਂ ਨਾਲ ਜਾ ਟੱਕਰਾਂ ਮਾਰੇਗਾ ਬੂਹੇ ਦੀ ਭੁਲੇਖੇ ਵਿੱਚ। ਔਰ ਇਹ ਹਨੇਰਾ ਇਹੋ ਜਿਹਾ ਵੀ ਇਹ ਲਿਹਾਜ਼ ਨਹੀਂ ਕਰਦਾ ਕਿਸੇ ਦਾ, ਭਾਵੇਂ ਕੋਈ ਵੱਡਾ ਹੋਵੇ ਅਤੇ ਭਾਵੇਂ ਛੋਟਾ ਹੋਵੇ, ਰਾਜਾ ਹੋਵੇ ਗਰੀਬ ਹੋਵੇ। ਬਾਣੀ ਦੁਆਰਾ ਸਗੁਰਾਂ ਨੇ ਫਰਮਾਇਆ, ਅੰਧਕਾਰ ਸੁੱਖ ਕਬਹ ਹੁਣ ਸੋਈ ਹੈ, ਰਾਜਾ ਰੰਗ ਦੋਊ ਮਿਲ ਰੋਈ ਹੈ। ਸੋ ਤਕੜੇ ਉੱਦਮ ਕਰੋ, ਜੋ ਮਨ ਦੀ ਵਿਖੇਪਤਾ ਹੈ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਜਿਹਦੇ ਨਾਲ ਤੁਹਾਡੀ ਬਹੁਤ ਵੱਡੀ ਦੁਸ਼ਮਣੀ ਜਾਪਦੀ ਤੁਹਾਨੂੰ, ਤੁਸੀਂ ਉਹਦਾ ਭਲਾ ਮੰਗੋ। ਸੰਤ ਜਮੀਤ ਸਿੰਘ ਹੋਰਾਂ ਗਿੱਲਾਂ ਵਾਲਿਆਂ ਨੇ ਜਦੋਂ ਰੁਲਦੂ ਸਿੰਘ ਨੂੰ ਭਜਨ ਦੱਸਿਆ ਸੀ ਨਾ
तो ओनू ये तुक पढ़ के सुनाई सी कि हुण तेरा भांडा तिना साल बाद साफ होया, हुण तेनू भजन देना है। भांडा धोए बैस धूप देवो तो दूधा कर जावो, भांडे नू धोवो साफ करो, ओनू सुगंधी वाला बनाओ। निंदिया चुगली ईरखा की जी गंध साढ़े अंदर पिया बो आती है, वह हट जाए वो फिर ये काम किया जाए। तो सात संत कृपा करे, ये कोशिश करो इन्ने दिन वध तो वध कोशिश करो भी बचन ना हो, कोई बहुत लोड़ पे तो हो, इन्ना डूंघाई भी जावे उन्ना सानू एदा लाभ है। गुरचैन सिंह और अफ्रीका च रहिंदे ने, उन्होंने एक दवाई दसी जिदे अखां दी जिदे समुद्र का पानी पीता, पर समुद्र का पानी 100 मील अंदर जाके लो समुद्र से, बाहरले पासे मैल हुंदी उहदे च मिट्टी हुंदी है, उत्थे जाके साफ हुंदा। इसी तरह ही निंदिया चुगली ईरखा लोकां नाल विहार ये सारा इस तो इहदे च मैल है सारी, इस तो दूर जाके अंदर सत्संग दे विच डुबकी ला के वो स्वाद लवो जिस नाल साड़ी मन की मैल धोती जानी। अज ही सच्चे पातशाह उपदेश तुसां सुनिया सी, भरिया हथ पैर तन देह पानी धोता उतरस के, मूत पलीती कपड़ होए दे साबुण लिया हो तो भरिया मत पापा कै संग, ना उत्थे साबण लगे ना पानी वह धोपै ना वह कह रहा। मन की बिरति नूं संकोच के जिस तरह असी दोस्ती दुश्मनी विच लाउने आ, उदों वध भजन बाणी विच लाओ। सगुरां दे हुक्मां अनुसार इस मर्यादा विच चल के, भावें ठीक है सगुरू राम सिंह दा हुक्म है भी जिहदे कन्न च मंत्र मिल गया उहने होर जन्म नहीं, उहनू मनुखा ही जन्म मिलेगा तो फिर उहदा पार उतारा होगा, पर तुसां सगुरू प्रताप सिंह सच्चे पातशाह दे जस जीवन दे विच पढ़िया होगा कि जदों सगुरू हरि सिंह सच्चे पातशाह तो बाद सगुरू प्रताप सिंह सच्चे पातशाह ने बागडोर संभाली तो भजन करने वास्ते चले, तो माता जी ने आख्या तुसा अगे बड़ा किया, सगुरों आख्या मैं बेही नहीं खानी, मैं सजरी पका के खानी है। पिछले जन्मां दे चंगे कर्मा करके मनुख जन्म मिलया, होर चंगे कर्म साडे ने उछाला मारिया तो सानू साध संग चाउणा मिलया। इस तरह ही कोशिश की जाए भी होर चंगे कर्म किए जाने तो असं सगुरों के चरणों में योजे थान जाके विराजिए। रारा रंगा होया मन अपना, हर हर नाम जप हो जप रसना, रे रे दरगाह कह न कोऊ, आओ बैठ आदर शुभ देऊ, पा महली पावह तू बासा, जन्म मरण न होए बिनासा। करके अगर